Hey, good afternoon, everyone. So this topic is about greedy algorithm, and we are going to cover fractional knapsack case study. ਜਿਵੇਂ ਕਿ ਆਪਾਂ ਪਹਿਲਾਂ ਵੀ ਕਲਾਸ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਵਾਟ ਇਜ਼ ਫ੍ਰੈਕਸ਼ਨਲ ਨੈਪਸੈਕ ਪ੍ਰੋਬਲਮ, ਕਿ ਆਪਣੇ ਕੋਲ ਕੁਝ ਆਈਟਮਸ ਹੈਗੀਆਂ ਨੇ, ਆਪਾਂ ਨੇ ਇੱਕ ਨੈਪਸੈਕ ਹੈ ਆਪਣੇ ਕੋਲ ਔਰ ਆਪਾਂ ਆਈਟਮ ਨੂੰ ਨੈਪਸੈਕ ਦੇ ਵਿੱਚ ਪਾਣਾ ਹੈ ਇਸ ਹਿਸਾਬ ਨਾਲ ਕਿ ਆਪਣੇ ਕੋਲ ਪ੍ਰੋਫਿਟ ਜਿਹੜਾ ਹੈ ਉਹ ਮੈਕਸੀਮਾਈਜ਼ ਹੋ ਜਾਏ ਔਰ ਨੈਪਸੈਕ ਦਾ ਜਿਹੜਾ ਵੇਟ ਹੈ ਉਹ ਵੀ ਫੁੱਲ ਨਾ ਹੋਵੇ। ਸੋ ਗ੍ਰੀਡੀ ਐਲਗੋਰਿਦਮ ਦੇ ਨਾਲ ਵੀ ਜਾਂ ਬੇਸਿਕਲੀ ਇਹ ਜਿਹੜੀ ਪ੍ਰੋਬਲਮ ਦੈਟ ਇਜ਼ ਆਪਟੀਮਾਈਜੇਸ਼ਨ ਪ੍ਰੋਬਲਮ, ਤਾਂ ਦੋਨੋਂ ਤਰ੍ਹਾਂ ਨਾਲ ਪ੍ਰੋਬਲਮ ਸੋਲਵ ਹੋ ਸਕਦੀ ਹੈ, ਗ੍ਰੀਡੀ ਐਲਗੋਰਿਦਮ ਨਾਲ ਵੀ ਔਰ ਡਾਇਨਾਮਿਕ ਪ੍ਰੋਗਰਾਮਿੰਗ ਦੇ ਨਾਲ ਵੀ। ਜੇ ਦੋਨੋਂ ਕਨਸੈਪਟ ਜਿਹੜੇ ਹੈਗੇ ਆ ਦੋਜ਼ ਆਰ ਫਾਰ ਸੋਲਵਿੰਗ ਦਾ ਆਪਟੀਮਾਈਜੇਸ਼ਨ ਪ੍ਰੋਬਲਮ ਗ੍ਰੀਡੀ ਐਲਗੋਰਿਦਮ, ਤੇ ਆਪਾਂ ਹਰ ਸਟੈਪ ਦੇ ਉੱਪਰ ਬੈਸਟ ਪੋਸੀਬਲ ਜੋ ਉਸ ਵੇਲੇ ਦਾ ਹੈ ਆਪਾਂ ਉਹਨੂੰ ਸਿਲੈਕਟ ਕਰਦੇ ਹਾਂ ਔਰ ਉਹਦੇ ਹਿਸਾਬ ਨਾਲ ਆਪਾਂ ਸਿਲੈਕਟ ਕਰਦੇ ਜਾਂਦੇ ਹਾਂ। ਦੈਟ ਇਜ਼ ਲੋਕਲ ਆਪਟੀਮਾਈਜੇਸ਼ਨ, ਕਿ ਇਸ ਵੇਲੇ ਜੋ ਪੋਸੀਬਲ ਬੈਸਟ ਮੇਰੇ ਕੋਲ ਹੈ ਆਪਾਂ ਉਹਦੇ ਚੋਂ ਸਿਲੈਕਟ ਕਰ ਲਿਆ, ਇਹਨੂੰ ਆਪਾਂ ਲੋਕਲ ਆਪਟੀਮਾਈਜੇਸ਼ਨ ਕਹਿੰਦੇ ਹਾਂ। ਔਰ ਲੋਕਲ ਆਪਟੀਮਾਈਜੇਸ਼ਨ ਅਲਟੀਮੇਟਲੀ ਕੰਬਾਈਨ ਹੋ ਕੇ ਗਲੋਬਲ ਆਪਟੀਮਾਈਜੇਸ਼ਨ ਬਣ ਜਾਂਦੀ ਹੈ, ਕਿ ਓਵਰਆਲ ਜੋ ਟੋਟਲ ਸੋਲੂਸ਼ਨ ਹੈ ਉਹ ਵੀ ਆਪਟੀਮਾਈਜ਼ ਹੈ, ਕਿਉਂਕਿ ਆਪਾਂ ਲੋਕਲ ਡਿਸੀਜ਼ਨ ਜਿਹੜਾ ਸੀਗਾ ਉਹ ਆਪਟੀਮਾਈਜ਼ ਡਿਸੀਜ਼ਨ ਲਿਆ ਸੀ। ਤਾਂ ਛੋਟੇ ਛੋਟੇ ਡਿਸੀਜ਼ਨ ਨੂੰ ਇਕੱਠਾ ਕਰਕੇ ਜਦੋਂ ਆਪਾਂ ਇੱਕ ਫਾਈਨਲ ਪਿਕਚਰ ਦੇਖਦੇ ਹਾਂ ਤਾਂ ਉਹਦੇ ਵਿੱਚ ਉਹ ਆਪਾਂ ਗਲੋਬਲ ਆਪਟੀਮਾਈਜੇਸ਼ਨ ਦੇ ਉੱਤੇ ਵੀ ਪਹੁੰਚ ਜਾਂਦੇ ਹਾਂ, ਬਟ ਇਹ ਗਰੰਟੀ ਨਹੀਂ ਹੈ। ਗ੍ਰੀਡੀ ਐਲਗੋਰਿਦਮ ਤੁਹਾਨੂੰ ਇੱਕ ਸੋਲੂਸ਼ਨ ਤਾਂ ਦੇ ਦਿੰਦਾ ਹੈ, ਬਟ ਜ਼ਰੂਰੀ ਨਹੀਂ ਕਿ ਉਹ ਹਮੇਸ਼ਾ ਆਪਟੀਮਾਈਜ਼ ਹੋਵੇ। ਡਾਇਨਾਮਿਕ ਪ੍ਰੋਗਰਾਮਿੰਗ ਜਿਹੜਾ ਹੈ ਇੱਕ ਅਨਦਰ ਟੈਕਨੀਕ ਹੈ ਪ੍ਰੋਬਲਮ ਨੂੰ ਸੋਲਵ ਕਰਨ ਦੀ, ਜਿਹਦੇ ਵਿੱਚ ਅਗੇਨ ਆਪਾਂ ਆਪਟੀਮਾਈਜੇਸ਼ਨ ਪ੍ਰੋਬਲਮ ਨੂੰ ਸੋਲਵ ਕਰਦੇ ਹਾਂ, ਜਸਟ ਲਾਈਕ ਡਿਵਾਈਡ ਐਂਡ ਕੰਕਰ ਟੈਕਨੀਕ। ਬਟ ਉਹਦੇ ਵਿੱਚ ਡਿਫਰੈਂਸ ਜਿਹੜਾ ਹੈ ਉਹ ਇਹ ਹੈ ਕਿ ਡਿਵੀਜ਼ਨ ਤੋਂ ਬਾਅਦ ਜੋ ਸਭ ਪ੍ਰੋਬਲਮ ਬਣਦੀਆਂ ਨੇ ਮੋਸਟ ਆਫ ਦਾ ਟਾਈਮ ਉਹ ਸਭ ਪ੍ਰੋਬਲਮ ਓਵਰਲੈਪਿੰਗ ਹੋਣੀਆਂ ਚਾਹੀਦੀਆਂ ਨੇ। ਓਵਰਲੈਪਿੰਗ ਦਾ ਮਤਲਬ ਕੀ ਹੈ ਕਿ ਸੇਮ ਪ੍ਰੋਬਲਮ ਲੈਫਟ ਸਾਈਡ ਤੇ ਔਰ ਰਾਈਟ ਸਾਈਡ ਤੇ ਦੋਨੋਂ ਪਾਸੇ ਆਪਣੀ ਕ੍ਰੀਏਟ ਹੋ ਰਹੀ ਹੈ, ਤਾਂ ਉਹ ਜਿਹੜੀਆਂ ਓਵਰਲੈਪਿੰਗ ਪ੍ਰੋਬਲਮ ਬਣ ਰਹੀਆਂ ਨੇ ਉਹਨਾਂ ਨੂੰ ਆਪਾਂ ਬਾਰ ਬਾਰ ਸੋਲਵ ਕਰਨ ਦੀ ਬਜਾਏ ਇੱਕ ਵਾਰੀ ਸੋਲਵ ਕਰਦੇ ਹਾਂ। ਇੱਕ ਵਾਰੀ ਸੋਲਵ ਕਰਕੇ ਉਹਨਾਂ ਦਾ ਆਨਸਰ ਜੋ ਹੈ ਉਹ ਕਿਸੇ ਮੈਮਰੀ ਦੇ ਵਿੱਚ ਸਟੋਰ ਕਰ ਲੈਂਦੇ ਇਨ ਦ ਫਾਰਮ ਆਫ ਟੇਬਲ ਲਾ ਲਓ ਜਾਂ ਐਰੇ ਲਗਾ ਲਓ, ਵਟ ਐਵਰ ਇਟ ਇਜ਼। ਸੋ ਉਸ ਤੋਂ ਬਾਅਦ ਆਪਾਂ ਨੈਕਸਟ ਟਾਈਮ ਜਦੋਂ ਸੇਮ ਪ੍ਰੋਬਲਮ ਆਉਂਦੀ ਹੈ ਤਾਂ ਮੈਮਰੀ ਦੇ ਵਿੱਚ ਜੋ ਵੈਲਿਊ ਆਪਾਂ ਸਟੋਰ ਕੀਤੀ ਹੁੰਦੀ ਹੈ ਉਸ ਵੈਲਿਊ ਨੂੰ ਆਪਾਂ ਪਿਕ ਕਰਦੇ ਹਾਂ ਔਰ ਆਪਣੇ ਸੋਲੂਸ਼ਨ ਦੇ ਵਿੱਚ ਫਿੱਟ ਕਰ ਦਿੰਦੇ ਹਾਂ। ਇਸ ਤਰ੍ਹਾਂ ਕਰਕੇ ਆਪਾਂ ਆਪਣੇ ਟਾਈਮ ਦੀ ਥੋੜ੍ਹੀ ਜਿਹੀ ਸੇਵਿੰਗ ਕਰਦੇ ਹਾਂ। ਜਿਹੜੇ ਡਾਇਨਾਮਿਕ ਐਲਗੋਰਿਦਮ ਨੇ ਜਨਰਲੀ ਰਿਕਰਸਿਵ ਐਲਗੋਰਿਦਮ ਹੁੰਦੇ ਆ, ਰਿਕਰਸਨ ਦੇ ਨਾਲ ਸੋਲਵ ਹੁੰਦੇ ਆ ਉਹ। ਗ੍ਰੀਡੀ ਐਲਗੋਰਿਦਮ ਜਿਹੜੇ ਆ ਉਹ ਨਾਨ ਰਿਕਰਸਿਵ ਹੋ ਸਕਦੇ ਆ। ਸੋ ਗ੍ਰੀਡੀ ਐਲਗੋਰਿਦਮ ਆਰ ਯੂਜਲੀ ਮੋਰ ਐਫੀਸ਼ੀਐਂਟ ਦੈਨ ਡਾਇਨਾਮਿਕ ਪ੍ਰੋਗਰਾਮਿੰਗ ਸੋਲੂਸ਼ਨ। ਐਫੀਸ਼ੀਐਂਸੀ ਤੋਂ ਭਾਵ ਮਤਲਬ ਕਿ ਉਹ ਫਾਸਟ ਹੁੰਦੇ ਆ, ਉਹ ਜਿਹੜੇ ਵੀ ਤੁਹਾਡੀ ਪ੍ਰੋਬਲਮ ਹੈ ਉਹਦਾ ਸੋਲੂਸ਼ਨ ਜਿਹੜਾ ਹੈ ਉਹ ਫਾਸਟ ਲੈ ਕੇ ਆਉਂਦੇ ਆ, ਟਾਈਮ ਵੀ ਘੱਟ ਲੈਂਦੇ ਆ, ਮੈਮਰੀ ਸਪੇਸ ਵੀ ਘੱਟ ਯੂਜ ਕਰਦੇ ਆ। ਪਰ ਉਹਨਾਂ ਦੀ ਜਿਹੜੀ ਡਿਸਐਡਵਾਂਟੇਜ ਹੈ ਗ੍ਰੀਡੀ ਐਲਗੋਰਿਦਮ ਦੀ, ਕਿ ਉਹ ਜ਼ਰੂਰੀ ਨਹੀਂ ਕਿ ਹਰ ਵਾਰ ਉਹ ਸਹੀ ਸੋਲੂਸ਼ਨ ਦੇਣ ਆਪਾਂ ਨੂੰ। ਕਿਸੇ ਵੇਲੇ ਉਹ ਉਹਨਾਂ ਦੇ ਸੋਲੂਸ਼ਨ ਜਿਹੜੇ ਨੇ ਆਪਟੀਮਾਈਜ਼ ਹੁੰਦੇ ਨੇ, ਕਿਸੇ ਵੇਲੇ ਉਹ ਸੋਲੂਸ਼ਨ ਆਪਟੀਮਾਈਜ਼ ਨਹੀਂ ਹੁੰਦੇ। ਤਾਂ ਡਾਇਨਾਮਿਕ ਪ੍ਰੋਗਰਾਮਿੰਗ ਦਾ ਜਿਹੜਾ ਤਰੀਕਾ ਹੈ, ਜਿਹੜਾ ਵੇ ਹੈ, ਦੈਟ ਇਜ਼ ਆਲਵੇਜ਼ ਗਰੰਟੀਡ ਟੂ ਪ੍ਰੋਡਿਊਸ ਦ ਆਪਟੀਮਲ ਸੋਲੂਸ਼ਨ। ਸੋ ਦੈਟ ਇਜ਼ ਦ ਐਡਵਾਂਟੇਜ ਆਫ ਡਾਇਨਾਮਿਕ ਪ੍ਰੋਗਰਾਮਿੰਗ ਓਵਰ ਦ ਗ੍ਰੀਡੀ ਐਲਗੋਰਿਦਮ। ਸੋ ਆਪਾਂ ਨੈਪਸੈਕ ਦੀ ਪ੍ਰੋਬਲਮ ਦੇ ਉੱਪਰ ਗ੍ਰੀਡੀ ਐਲਗੋਰਿਦਮ ਦੇ ਨਾਲ ਦੇਖਾਂਗੇ ਕਿ ਇਹ ਕਿਵੇਂ ਸੋਲਵ ਹੋ ਸਕਦੀ ਹੈ। ਸੋ ਨੈਪਸੈਕ ਪ੍ਰੋਬਲਮ ਹੈ ਕਿ ਆਪਣੇ ਕੋਲ ਦੋ ਆਈਟਮ ਹੈਗੀਆਂ ਨੇ, ਇੱਕ ਨੈਪਸੈਕ ਹੈ ਜਿਹੜਾ ਕਿ ਕਾਇੰਡ ਆਫ ਸ਼ੋਲਡਰ ਬੈਗ, ਐਂਡ ਉਸਦੀ ਕੁਛ ਕਪੈਸਿਟੀ ਹੁੰਦੀ ਹੈ, ਲਿਮਿਟਿਡ ਵੇਟ ਕਪੈਸਿਟੀ ਹੈ, ਉਹਦੇ 'ਚ ਕੁਛ ਆਈਟਮ ਆਪਾਂ ਪਾ ਸਕਦੇ ਹਾਂ, ਉਸ ਦੀ ਕਪੈਸਿਟੀ ਤੋਂ ਵੱਧ ਦੀਆਂ ਆਈਟਮ ਆਪਾਂ ਉਹਦੇ ਵਿੱਚ ਐਡ ਨਹੀਂ ਕਰ ਸਕਦੇ। ਐਂਡ ਵੀ ਹੈਵ ਫਿਊ ਆਈਟਮ ਐਂਡ ਈਚ ਹੈਵਿੰਗ ਸਮ ਵੇਟ ਐਂਡ ਵੈਲਿਊ। ਆਈਟਮ ਦੇ ਵਿੱਚ ਆਪਣੇ ਕੋਲ ਉਹਦਾ ਵੇਟ ਵੀ ਪਤਾ ਪਰ ਉਹਦੀਆਂ ਵੈਲਿਊ ਵੀ ਪਤਾ। ਤਾਂ ਹੁਣ ਇਸ ਸਿਚੁਏਸ਼ਨ ਦੇ ਵਿੱਚ ਜੋ ਆਪਣੀ ਪ੍ਰੋਬਲਮ ਹੈ, ਪ੍ਰੋਬਲਮ ਇਹ ਹੈ ਕਿ ਵਿਚ ਆਈਟਮ ਸ਼ੁੱਡ ਬੀ ਪਲੇਸਡ ਇਨ ਟੂ ਦ ਨੈਪਸੈਕ ਸੱਚ ਦੈਟ ਦ ਵੈਲਿਊ ਔਰ ਦ ਪ੍ਰੋਫਿਟ ਓਬਟੇਨਡ ਬਾਈ ਪੁਟਿੰਗ ਦ ਆਈਟਮ ਇਨ ਟੂ ਨੈਪਸੈਕ ਇਜ਼ ਮੈਕਸੀਮਾਈਜ਼ ਐਂਡ ਦ ਵੇਟ ਲਿਮਿਟ ਆਫ ਦ ਨੈਪਸੈਕ ਡਜ਼ ਨਾਟ ਐਕਸੀਡ। ਦੋ ਕੰਡੀਸ਼ਨ ਆਪਾਂ ਕਰਨੀਆਂ ਨੇ ਕਿ ਵੇਟ ਜਿਹੜਾ ਹੈ ਉਹ ਨੈਪਸੈਕ ਦੀ ਜਿੰਨੀ ਕਪੈਸਿਟੀ ਹੈ ਉਸ ਤੋਂ ਵੱਧ ਨਹੀਂ ਹੋਣਾ ਚਾਹੀਦਾ ਔਰ ਵੈਲਿਊ ਜਿਹੜੀ ਆ ਉਹ ਮੈਕਸੀਮਮ ਹੋਣੀ ਚਾਹੀਦੀ ਹੈ, ਕਿ ਜਿੰਨਾ ਬੈਸਟ ਪੋਸੀਬਲ ਆਪਾਂ ਉਹਦੇ ਵਿੱਚ ਪਾ ਸਕਦੇ ਹਾਂ ਆਪਾਂ ਉਹਦੇ ਵਿੱਚ ਪਾਈਏ, ਔਰ ਤਾਂ ਕਿ ਉਹਦਾ ਭਾਰ ਜਿਹੜਾ ਹੈ ਉਹਦੀ ਜਿਹੜੀ ਕਪੈਸਿਟੀ ਹੈ ਵੇਟ ਹੈ ਉਹਦੀ ਕਪੈਸਿਟੀ ਤੋਂ ਇਨਕਰੀਜ਼ ਨਹੀਂ ਹੋਣਾ ਚਾਹੀਦਾ। ਓਕੇ, ਸੋ ਦਿਸ ਇਜ਼ ਅ ਨੈਪਸੈਕ ਪ੍ਰੋਬਲਮ ਜਿਹੜੀ ਕਿ ਬੜੀ ਫੇਮਸ ਪ੍ਰੋਬਲਮ ਹੈ। ਦੋ ਇਹਦੇ ਵੇਰੀਏਸ਼ਨ ਹੈਗੇ ਨੇ, ਵਨ ਇਜ਼ ਕਾਲਡ ਫ੍ਰੈਕਸ਼ਨਲ ਨੈਪਸੈਕ ਵੈਨ ਦ ਫ੍ਰੈਕਸ਼ਨਸ ਆਰ ਅਲਾਊਡ ਐਂਡ ਇਟ ਅਪਲਾਈਜ਼ ਟੂ ਆਈਟਮ ਸੱਚ ਦੈਟ ਬ੍ਰੈਡ ਯੂ ਕੈਨ ਹੈਵ ਹਾਫ ਬ੍ਰੈਡ ਔਰ ਯੂ ਕੈਨ ਹੈਵ ਵਨ ਫੋਰਥ ਬ੍ਰੈਡ
And gold dust, it is also possible to have a small fraction of the gold dust. Another one is 0-1 problem, that is also called no fraction problem. For example, if one brown pant, you cannot take a half brown pant, hai na, dhuk nahi bandi ki apa kameez nu addi paad liye aur onu rakh liye, ja je pant hai ta oh puri di puri rakhni payegi ja nahi rakhange. So 0-1 problem hai jithe ki apne kol jyada item include karange ja nahi karange. Fractional da matlab ki ho gaya ki item puri di puri vi include ho sakdi hai aur oda koi fraction vi include ho sakda hai, apan fraction de vich divide karke vi add kar sakde hain. So more than one knapsack is also third kind of variation. ਕਿ ਆਪਣੇ ਕੋਲ ਬੈਗ ਇੱਕ ਨਹੀਂ ਹੈਗਾ, ਬੈਗ ਮਲਟੀਪਲ ਹੈ. ਆਈਟਮ ਤਾਂ ਉਹੀ ਨੇ ਬਟ ਆਪਣੇ ਕੋਲ ਮਲਟੀਪਲ ਬੈਗ ਹੈਗੇ ਨੇ, ਇਹ ਵੀ ਇੱਕ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ. ਐਂਡ ਫ੍ਰੈਕਸ਼ਨਲ ਨੈਪਸੈਕ ਪ੍ਰੋਬਲਮ ਕੈਨ ਬੀ ਸੋਲਵਡ ਬਾਈ ਗ੍ਰੀਡੀ ਐਲਗੋਰਿਦਮ, ਵੇਅਰ ਐਜ਼ 0-1 ਨੈਪਸੈਕ ਪ੍ਰੋਬਲਮ ਕੈਨ ਬੀ ਸੋਲਵਡ ਬਾਈ ਡਾਇਨਾਮਿਕ ਪ੍ਰੋਗਰਾਮਿੰਗ ਟੈਕਨੀਕ. ਓਕੇ, ਸੋ ਗ੍ਰੀਡੀ ਐਲਗੋਰਿਦਮ ਡਾਇਨਾਮਿਕ ਪ੍ਰੋਗਰਾਮਿੰਗ ਦੇ ਨਾਲ, ਆਪਣਾ 0-1 ਨੈਪਸੈਕ ਜਿਹੜੀ ਹੈ ਦੈਟ ਇਜ਼ ਡਾਇਨਾਮਿਕ ਪ੍ਰੋਗਰਾਮਿੰਗ ਦੇ ਨਾਲ ਸੋਲਵ ਹੋਏਗੀ. ਫ੍ਰੈਕਸ਼ਨਲ ਨੈਪਸੈਕ ਆਪਾਂ ਗ੍ਰੀਡੀ ਐਲਗੋਰਿਦਮ ਦੇ ਨਾਲ ਸੋਲਵ ਕਰ ਸਕਦੇ ਹਾਂ. ਸੋ ਅੱਜ ਦਾ ਜਿਹੜਾ ਆਪਣਾ ਲੈਕਚਰ ਹੈ ਦੈਟ ਇਜ਼ ਅਬਾਊਟ ਫ੍ਰੈਕਸ਼ਨਲ ਨੈਪਸੈਕ ਪ੍ਰੋਬਲਮ, ਕਿ ਉਹਨੂੰ ਗ੍ਰੀਡੀ ਦੇ ਨਾਲ ਕਿਵੇਂ ਸੋਲਵ ਕਰਨਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ. ਸੋ ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਪ੍ਰੋਬਲਮ ਹੈ ਇਹਨੂੰ ਸੋਲਵ ਕਰਨ ਦੇ ਅਗੇਨ ਬਹੁਤ ਸਾਰੇ ਤਰੀਕੇ ਹੋ ਸਕਦੇ ਹੈ. ਦ ਵੈਰੀ ਫਸਟ ਵਨ ਇਜ਼ ਬਰੂਟ ਫੋਰਸ. ਬਰੂਟ ਫੋਰਸ ਦਾ ਮਤਲਬ ਕੀ ਹੈ ਕਿ ਜਿੰਨੇ ਪੋਸੀਬਲ ਕੰਬੀਨੇਸ਼ਨ ਆਪਾਂ ਬਣਾ ਸਕਦੇ ਹਾਂ ਆਪਾਂ ਸਾਰੇ ਦੇ ਸਾਰੇ ਬਣਾ ਲਈਏ, ਐਂਡ ਵੀ ਕੈਨ ਜਨਰੇਟ ਆਲ ਦਾ ਸਬਸੈਟ. 2 raised to power n ਸਬਸੈਟ ਬਣਦੇ ਨੇ ਉਹਦੇ ਵਿੱਚ, ਐਂਡ ਡਿਸਕਾਰਡ ਆਲ ਦਾ ਸਬਸੈਟ ਹੂਜ਼ ਸਮ ਆਫ ਦਾ ਵੇਟ ਐਕਸੀਡ ਡਬਲਯੂ, ਕਿਉਂਕਿ ਆਪਣੀ ਕਪੈਸਿਟੀ ਹੈ ਇਹ ਉਹ ਸਾਰੇ ਸਬਸੈਟ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੂੰ ਐਡ ਕਰਨ ਤੋਂ ਬਾਅਦ ਆਪਣਾ ਵੇਟ ਜਿਹੜਾ ਹੈ ਉਹ ਕਪੈਸਿਟੀ ਤੋਂ ਵੱਧ ਜਾਂਦਾ ਆ ਜਿਹੜੇ ਕਿ ਫੀਜੀਬਲ ਨਹੀਂ ਹੈ, ਤਾਂ ਆਪਾਂ ਉਹ ਸਾਰੇ ਸਬਸੈਟ ਦਾ ਡਾਇਰੈਕਟਲੀ ਡਿਸਕਾਰਡ ਕਰ ਦੇਣੇ ਆ. ਉਸ ਤੋਂ ਬਾਅਦ ਮੈਕਸੀਮਮ ਜਿੰਨੇ ਵੀ ਬਾਕੀ ਪੋਸੀਬਲ ਕੰਬੀਨੇਸ਼ਨ ਬਣ ਗਏ ਜਿਹੜੇ ਕਿ ਵੈਲਿਡ ਹੋ ਸਕਦੇ ਆ ਉਹਨਾਂ ਨੂੰ ਆਪਾਂ ਸੋਰਟਿੰਗ ਆਰਡਰ 'ਚ ਲਗਾ ਲਾਂਗੇ. ਸੋਰਟਿੰਗ ਆਰਡਰ 'ਚ ਲਗਾਉਣ ਤੋਂ ਬਾਅਦ ਜਿਹੜਾ ਮੈਕਸੀਮਮ ਵਾਲਾ ਹੋਏਗਾ ਉਹਨੂੰ ਆਪਾਂ ਸਿਲੈਕਟ ਕਰ ਲਾਂਗੇ, ਤਾਂ ਉਹਦੇ ਨਾਲ ਆਪਣੇ ਕੋਲ ਬਰੂਟ ਫੋਰਸ ਦੇ ਨਾਲ ਬੈਸਟ ਜਿਹੜਾ ਹੈ ਐਡਵਾਂਟੇਜ ਉਹ ਇਹ ਹੈ ਕਿ ਹਮੇਸ਼ਾ ਸਹੀ ਆਂਸਰ ਆਪਣੇ ਕੋਲ ਆਏਗਾ. ਵਟ ਇਜ਼ ਦਾ ਬੈਸਟ ਪੋਸੀਬਲ ਉਹ ਆਪਾਂ ਨੂੰ ਪਤਾ ਲੱਗ ਜਾਏਗਾ ਹਮੇਸ਼ਾ. ਪਰ ਇਹਦਾ ਰਨਿੰਗ ਟਾਈਮ ਐਨ ਇੰਟੂ 2 raised to power ਐਨ ਹੈ, ਐਂਡ ਮਲਟੀਪਲਾਈ ਬਾਈ 2 raised to power ਐਨ, ਜਿਹੜਾ ਕਿ ਬਹੁਤ ਹੀ ਜ਼ਿਆਦਾ ਟਾਈਮ ਕੰਜ਼ਿਊਮਿੰਗ ਹੈ. ਇਸ ਤੋਂ ਇਲਾਵਾ ਆਪਣੇ ਕੋਲ ਇੱਕ ਗ੍ਰੀਡੀ ਸਲਿਊਸ਼ਨ ਵੀ ਹੈ, ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ ਕਿ ਗ੍ਰੀਡੀ ਸਲਿਊਸ਼ਨ ਦੇ ਨਾਲ ਇਹ ਕਿਵੇਂ ਆਪਾਂ ਸੋਲਵ ਕਰ ਸਕਦੇ ਹਾਂ. ਸੋ ਦਿਸ ਇਜ਼ ਐਗਜ਼ਾਮਪਲ ਆਫ ਬਰੂਟ ਫੋਰਸ, ਕਿ ਆਪਣੇ ਕੋਲ ਆਈਟਮਸ ਹੈਗੀਆਂ ਨੇ, ਇੱਕ ਸੈੱਟ ਹੈ ਐਸ ਆਪਣੇ ਕੋਲ ਆਈਟਮਸ ਹੈ. ਪਹਿਲੀ ਆਈਟਮ ਇਹ ਉਹਦੀ ਵੇਟ ਹੈ ਔਰ ਇਹ ਉਹਦੀ ਵੈਲਿਊ ਹੈ. ਆਈਟਮ 5 ਕਿਲੋ ਹੈ ਔਰ ਉਹਦਾ ਜਿਹੜਾ ਅਮਾਊਂਟ ਹੈ ਦੈਟ ਇਜ਼ 70 rupees, ਵੈਲਿਊ ਜੋ ਹੈ 70 rupees. ਸੈਕਿੰਡ ਆਈਟਮ ਵੇਟ 10 kg, ਰੇਟ ਜਿਹੜਾ ਹੈ ਵੈਲਿਊ ਜਿਹੜੀ ਹੈ ਦੈਟ ਇਜ਼ ਅਬਾਊਟ ਰੁਪੀਜ਼ 90. ਥਰਡ ਆਈਟਮ ਵੇਟ 25 ਐਂਡ ਰੁਪੀਜ਼ 140. ਸੋ 3 ਆਈਟਮਸ ਆਪਾਂ ਨੂੰ ਦਿੱਤੀਆਂ ਹੋਈਆਂ ਨੇ ਔਰ ਆਪਾਂ ਆਪਣੇ ਨੈਪਸੈਕ ਦੇ ਵਿੱਚ ਮੈਕਸੀਮਮ 25 kg ਦਾ ਵੇਟ ਜਿਹੜਾ ਹੈ ਉਹ ਆਪਾਂ ਲੈ ਸਕਦੇ ਹਾਂ. ਤਾਂ ਇਸ ਪੋਸੀਬਿਲਿਟੀ ਦੇ ਨਾਲ ਜਿਹੜੇ ਸਬਸੈਟਸ ਆਪਣੇ ਕ੍ਰੀਏਟ ਹੁੰਦੇ ਨੇ, ਬਾਏ ਡਿਫਾਲਟ ਜਿਹੜਾ ਪਹਿਲਾ ਸਬਸੈਟ ਬਣੇਗਾ ਉਹ ਹੋਏਗਾ ਐਮਪਟੀ ਸੈੱਟ, ਕਿ ਆਪਾਂ ਨਾ ਤਾਂ ਕੋਈ ਆਈਟਮ ਰੱਖੀ, ਨਾ ਹੀ ਆਪਾਂ ਨੂੰ ਕੋਈ ਪ੍ਰੋਫਿਟ ਹੋਇਆ, ਤੇ ਨਾ ਹੀ ਆਪਣੀ ਕੋਈ ਵੈਲਿਊ ਜਿਹੜੀ ਆ ਉਹ ਇਨਕਰੀਜ਼ ਹੋਈ, ਉਹ ਹੋਏਗਾ 0. ਓਕੇ, ਦੈਨ ਆਪਾਂ ਇੱਕ ਕੰਬੀਨੇਸ਼ਨ ਇਹ ਬਣਦਾ ਕਿ ਆਪਾਂ ਫਸਟ ਆਈਟਮ ਰੱਖ ਲਈਏ. ਜੇ ਆਪਾਂ ਫਸਟ ਆਈਟਮ ਰੱਖ ਲੈਂਦੇ ਹਾਂ ਤਾਂ ਆਪਣਾ ਵੇਟ ਜਿਹੜਾ ਹੈ ਉਹ 5 ਹੋ ਗਿਆ, ਜਿਹੜਾ ਕਿ ਵਿਦਇਨ ਲਿਮਿਟ ਹੈ, ਔਰ ਆਪਣਾ ਪ੍ਰੋਫਿਟ ਜਿਹੜਾ ਹੈ ਦੈਟ ਇਜ਼ 70 rupees ਹੋ ਗਿਆ, ਜਿਹੜਾ ਕਿ ਆਪਟੀਮਾਈਜ਼ ਨਹੀਂ ਹੈ ਆਪਾਂ ਨੂੰ ਪਤਾ ਹੈ ਨਾ. ਦੈਨ ਥਰਡ ਆਪਸ਼ਨ ਕਿ ਆਪਾਂ 10 ਵੇਟ ਵਾਲੀ ਆਈਟਮ ਰੱਖ ਲਈਏ, ਅਗੇਨ ਵੇਟ ਵਿਦ ਇਨ ਲਿਮਿਟ ਹੈ. ਫੋਰਥ ਆਈਟਮ ਅਗੇਨ ਵਿਦ ਇਨ ਲਿਮਿਟ ਹੈ, ਬਟ ਆਪਣਾ ਜਿਹੜਾ ਪ੍ਰੋਫਿਟ ਹੈ ਉਹ 140 ਹੈ, ਹਾਲੇ ਵੀ ਮੈਕਸੀਮਾਈਜ਼ ਨਹੀਂ ਹੋਇਆ. ਫਿਫਥ ਆਪਸ਼ਨ ਇਹ ਹੈ ਕਿ ਆਪਾਂ 2 ਕੰਬੀਨੇਸ਼ਨ ਰੱਖੀਏ, 5 or 10. 5 ਵਾਲੀ ਆਈਟਮ ਵੀ ਰੱਖ ਲਈਏ ਔਰ 10 ਵਾਲੀ ਆਈਟਮ ਵੀ ਰੱਖ ਲਈਏ, ਤਾਂ 5 ਵਾਲੀ ਆਈਟਮ ਦਾ ਵੈਲਿਊ ਹੈਗੀ ਹੈ 70 rupees, 10 ਵਾਲੀ ਆਈਟਮ ਦੀ ਵੈਲਿਊ ਹੈਗੀ ਹੈ 90 rupees. ਦੋਨਾਂ ਦਾ ਐਡ ਕਰਾਂਗੇ ਤਾਂ ਆਪਣੇ ਕੋਲ ਪ੍ਰੋਫਿਟ ਬਣ ਗਿਆ 160 rupees ਦਾ. ਸੋ ਜੇ 2 ਆਈਟਮ ਆਪਾਂ ਐਡ ਕਰਦੇ ਹਾਂ, 10 + 5, 15 kg ਆਪਾਂ ਐਡ ਕਰ ਲਿਆ, ਕਪੈਸਿਟੀ ਆਪਣੀ 25 kg ਦੀ ਹੈ ਔਰ ਆਪਣਾ ਜਿਹੜਾ ਪ੍ਰੋਫਿਟ ਹੋ ਗਿਆ ਦੈਟ ਇਜ਼ 160. ਉਸ ਤੋਂ ਇਲਾਵਾ ਜਿਹੜਾ 6th ਕੰਬੀਨੇਸ਼ਨ ਹੈ ਜਿਹਦੇ ਵਿੱਚ ਆਪਾਂ 10 kg ਐਂਡ 25 kg ਦਾ ਕੰਬੀਨੇਸ਼ਨ ਐਡ ਕਰ ਰਹੇ ਹਾਂ, ਕਿਉਂਕਿ ਆਪਣਾ ਵੇਟ 25 ਹੀ ਅਲਾਊਡ ਹੈ, ਤਾਂ ਇਹਨੂੰ ਐਡ ਕਰਨ ਦੇ ਨਾਲ ਆਪਣੇ ਕੋਲ ਵੇਟ ਬਣ ਜਾਂਦਾ 35. ਸੋ ਆਪਾਂ ਇਸ ਕੰਬੀਨੇਸ਼ਨ ਨੂੰ ਡਿਸਕਾਰਡ ਕਰ ਦਿਆਂਗੇ, ਇਹ ਕੰਬੀਨੇਸ਼ਨ ਆਪਣਾ ਵੈਲਿਡ ਕੰਬੀਨੇਸ਼ਨ ਨਹੀਂ ਹੈ. ਸਿਮਿਲਰਲੀ 25 ਔਰ 5 ਵਾਲਾ ਵੀ ਵੈਲਿਡ ਨਹੀਂ ਹੈ, ਤਾਂ ਉਹ ਵੀ ਐਕਸੀਡ ਹੋ ਰਿਹਾ,
और लास्ट कॉम्बिनेशन ਜਿਹਦੇ ਵਿੱਚ ਆਪਾਂ ਤਿੰਨੋਂ ਵੈਲਿਊਜ਼ ਨੂੰ ਐਡ ਕਰਦੇ ਆ ਤਾਂ ਉਹ ਵੀ ਆਪਣੇ ਲਿਮਿਟਡ weight ਤੋਂ ਐਕਸੀਡ ਹੋ ਰਿਹਾ ਹੈ। ਸੋ ਯੂ ਕੈਨ ਸੀ ਬਰੂਟ ਫੋਰਸ ਦੇ ਵਿੱਚ ਆਪਾਂ ਜਿੰਨੇ ਪੋਸੀਬਲ ਕੰਬੀਨੇਸ਼ਨ ਆ ਉਹ ਸਾਰੇ ਬਣਾਣੇ ਆ ਔਰ ਉਹਨਾਂ ਕੰਬੀਨੇਸ਼ਨ ਤੋਂ ਬਾਅਦ ਆਪਣੇ ਕੋਲ ਜਿਹੜੇ ਕੰਬੀਨੇਸ਼ਨ ਦੇ ਵਿੱਚ ਆਪਣਾ weight ਜੋ ਹੈ ਉਹ ਐਕਸੀਡ ਕਰ ਰਿਹਾ ਰਿਕੁਆਇਰਡ weight ਤੋਂ ਐਕਸੀਡ ਕਰੇਗਾ ਤਾਂ ਆਪਾਂ ਦੇਖਾਂਗੇ ਕਿ ਉਹਨਾਂ weight ਨੂੰ ਆਪਾਂ ਨੇ ਡਿਸਕਾਰਡ ਕਰ ਦੇਣਾ। ਉਸ ਤੋਂ ਬਾਅਦ ਬਾਕੀ ਜੋ ਵੈਲਿਡ ਕੰਬੀਨੇਸ਼ਨ ਹੈ ਵੈਲਿਡ ਕੰਬੀਨੇਸ਼ਨ ਦੇ ਵਿੱਚੋਂ ਜਿਹੜਾ ਮੈਕਸਿਮਮ ਵਾਲਾ ਹੈ ਉਸ ਮੈਕਸਿਮਮ ਪ੍ਰੋਫਿਟ ਵਾਲੇ ਕੰਬੀਨੇਸ਼ਨ ਨੂੰ ਆਪਾਂ ਸਿਲੈਕਟ ਕਰ ਲਾਂਗੇ। ਸੋ ਇਸ ਕੇਸ ਦੇ ਵਿੱਚ ਮੈਕਸਿਮਮ ਪ੍ਰੋਫਿਟ ਜੋ ਆਪਾਂ ਲੈ ਸਕਦੇ ਹਾਂ ਉਹ ਹੈ 160 ਰੁਪੀਸ ਦਾ ਜੇ ਆਪਾਂ ਦੋ ਆਈਟਮ ਐਡ ਕਰੀਏ ਆਈਟਮ ਨੰਬਰ 1 ਐਂਡ ਆਈਟਮ ਨੰਬਰ 2। ਠੀਕ ਹੈ, ਸੋ ਇਹ ਬਰੂਟ ਫੋਰਸ ਅਪਰੋਚ ਹੈ ਜਿਹਦੇ ਵਿੱਚ ਆਪਾਂ ਸਾਰੇ ਕੰਬੀਨੇਸ਼ਨ ਸਿਲੈਕਟ ਕਰਾਂਗੇ ਤੇ ਬੈਸਟ ਵਾਲਾ ਉਹਦੇ ਵਿੱਚੋਂ ਸਿਲੈਕਟ ਕਰ ਲਾਂਗੇ। ਸੋ ਇਟ ਆਲਵੇਜ਼ ਗਰੰਟੀ ਟੂ ਪ੍ਰੋਵਾਈਡ ਦਾ ਬੈਸਟ ਸੋਲੂਸ਼ਨ ਬਟ ਇਟ ਇਜ਼ ਟਾਈਮ ਕੰਜ਼ਿਊਮਿੰਗ। ਸੋ ਨੈਕਸਟ ਆਪਸ਼ਨ ਜਿਹੜੀ ਆਪਣੀ ਆ ਜਾਂਦੀ ਹੈ ਗ੍ਰੀਡੀ ਐਲਗੋਰਿਦਮ। ਹੁਣ ਗ੍ਰੀਡੀ ਐਲਗੋਰਿਦਮ ਦੇ ਵਿੱਚ ਵੀ ਬਹੁਤ ਸਾਰੀਆਂ ਆਪਸ਼ਨ ਹੈਗੀਆਂ ਨੇ, ਬਹੁਤ ਸਾਰੇ ਸਿਲੈਕਸ਼ਨ ਕ੍ਰਾਈਟੇਰੀਆ ਬਣ ਜਾਂਦੇ ਆ ਆਪਣੇ ਕੋਲ ਕਿ ਆਪਾਂ ਕਿਸ ਹਿਸਾਬ ਦੇ ਨਾਲ ਗ੍ਰੀਡ ਕਰੀਏ। ਸੋ ਪਹਿਲੀ ਐਗਜ਼ਾਮਪਲ ਹੈਗੀ ਹੈ ਮੈਕਸੀਮਮ ਬੈਨੀਫੀਸ਼ੀਅਲ ਆਈਟਮ, ਆਪਾਂ ਉਹ ਚੀਜ਼ ਨੂੰ ਸਿਲੈਕਟ ਕਰੀਏ ਜਿਹਦੇ ਨਾਲ ਆਪਾਂ ਨੂੰ ਮੈਕਸੀਮਮ ਬੈਨੀਫਿਟ ਮਿਲਦਾ ਹੈ। ਜਿਵੇਂ ਕਿ ਆਪਣੇ ਕੋਲ ਤਿੰਨ ਆਈਟਮਸ ਹੈਗੀਆਂ ਨੇ ਆਈਟਮ 1, 5, 2 and 3 ਔਰ ਮੇਰਾ weight ਜਿਹੜਾ ਹੈ 25 kg ਦਾ ਹੈ ਤਾਂ ਜੇ ਮੈਂ ਮੈਕਸੀਮਮ ਬੈਨੀਫੀਸ਼ੀਅਲ ਦੇ ਹਿਸਾਬ ਨਾਲ ਦੇਖਾਂ ਤਾਂ ਇਹਦੇ ਵਿੱਚੋਂ ਸਭ ਤੋਂ ਵੱਧ ਪੈਸੇ ਜਿਹੜੇ ਨੇ ਉਹ ਇਸ ਆਈਟਮ ਦੇ ਨੇ। ਆਪਾਂ ਕੀ ਕਰਾਂਗੇ, ਆਪਾਂ ਆਈਟਮ ਨੰਬਰ 3 ਨੂੰ ਐਡ ਕਰ ਲਾਂਗੇ ਆਪਣੇ ਬੈਗ ਦੇ ਵਿੱਚ। ਜਦੋਂ ਆਪਾਂ ਆਈਟਮ ਨੰਬਰ 3 ਐਡ ਕੀਤੀ ਤਾਂ ਮੇਰੇ ਕੋਸਟ ਜਿਹੜੀ ਜੋ ਮੈਨੂੰ ਬੈਨੀਫਿਟ ਹੋ ਗਿਆ 140 ਦਾ ਹੋ ਗਿਆ ਔਰ ਜਿਹੜਾ ਕਿ ਬੈਗ ਦੀ ਜਿਹੜੀ ਕਪੈਸਿਟੀ ਸੀਗੀ ਉਹ ਵੀ ਫੁੱਲ ਹੋ ਗਈ। ਉਸ ਤੋਂ ਬਾਅਦ ਮੈਂ ਹੋਰ ਕੋਈ ਆਈਟਮ ਇਹਦੇ ਵਿੱਚੋਂ ਸਿਲੈਕਟ ਨਹੀਂ ਕਰ ਸਕਦਾ। ਤਾਂ ਜੇ ਮੈਂ ਮੈਕਸੀਮਮ ਬੈਨੀਫੀਸ਼ੀਅਲ ਆਈਟਮ ਦੇ ਹਿਸਾਬ ਨਾਲ ਸਿਲੈਕਸ਼ਨ ਕਰਦਾ ਹਾਂ ਤਾਂ ਮੈਨੂੰ ਜੋ ਮਿਲਦਾ ਹੈ ਉਹ ਹੈ 140 ਦਾ ਬੈਨੀਫਿਟ, ਬਟ ਆਪਟੀਮਲ ਸੋਲੂਸ਼ਨ 160 ਦਾ ਹੈ ਜੋ ਕਿ ਆਪਾਂ ਪਿਛਲੀ ਸਲਾਈਡ ਦੇ ਵਿੱਚ ਹੁਣੇ ਚੈੱਕ ਕਰ ਲਿਆ ਸੀਗਾ। ਸੋ ਜੇ ਆਪਾਂ ਮੈਕਸੀਮਮ ਬੈਨੀਫੀਸ਼ੀਅਲ ਦੇ ਹਿਸਾਬ ਨਾਲ ਕੰਮ ਕਰਾਂਗੇ ਤਾਂ ਆਪਾਂ ਨੂੰ ਆਪਟੀਮਲ ਸੋਲੂਸ਼ਨ ਨਹੀਂ ਮਿਲੇਗਾ। ਸੋ ਇਹ ਸਿਲੈਕਸ਼ਨ ਕ੍ਰਾਈਟੇਰੀਆ ਗਲਤ ਆ। ਓਕੇ, ਦੈਨ ਆਪਣੇ ਕੋਲ ਸੈਕਿੰਡ ਆਪਾਂ ਕ੍ਰਾਈਟੇਰੀਆ ਲਗਾ ਦਿੰਦੇ ਹਾਂ ਕਿ ਆਪਾਂ ਮਿਨੀਮਮ ਵੇਟ ਦੇ ਹਿਸਾਬ ਨਾਲ ਚੱਕ ਲੈਂਦੇ ਹਾਂ, ਆਪਾਂ ਆਈਟਮ ਨੂੰ ਮਿਨੀਮਮ ਵੇਟ ਦੇ ਹਿਸਾਬ ਨਾਲ ਚੁੱਕਾਂਗੇ। ਸੋ ਆਪਣੇ ਕੋਲ ਆਈਟਮ ਹੈਗੀਆਂ ਨੇ ਤਿੰਨ, ਪਹਿਲੀ ਆਈਟਮ 5 ਕਿਲੋ ਦੀ ਹੈ, ਦੂਸਰੀ 10 ਕਿਲੋ ਦੀ ਹੈ, ਤੀਸਰੀ 20 ਕਿਲੋ ਦੀ ਹੈ ਔਰ ਮੇਰੇ ਬੈਗ ਦੀ ਕਪੈਸਿਟੀ ਸਪੋਜ਼ ਹੁਣ ਹੈਗੀ ਹੈ 30 kg ਤੇ 30 kg ਦੀਆਂ ਆਈਟਮ ਮੈਂ ਉਹਦੇ ਵਿੱਚ ਐਡ ਕਰਦਾ। ਆਪਾਂ ਮਿਨੀਮਮ ਦੇ ਹਿਸਾਬ ਨਾਲ ਚੱਲਣਾ, ਸਭ ਤੋਂ ਪਹਿਲਾਂ ਆਪਾਂ 5 kg ਨੂੰ ਐਡ ਕਰ ਲਾਂਗੇ, ਉਸ ਤੋਂ ਬਾਅਦ ਆਪਾਂ 10 kg ਨੂੰ ਐਡ ਕਰ ਲਾਂਗੇ, ਉਸ ਤੋਂ ਬਾਅਦ 10 kg ਨੂੰ ਐਡ ਕਰਨ ਤੋਂ ਬਾਅਦ ਮੇਰੇ ਕੋਲ 15 kg ਦੀ ਕਪੈਸਿਟੀ ਜਿਹੜੀ ਹੈ ਫੁੱਲ ਹੋ ਗਈ। ਪਿੱਛੇ ਮੈਂ 15 kg ਹੀ ਹੋਰ ਐਡ ਕਰ ਸਕਦਾ ਪਰ ਮੇਰੇ ਕੋਲ ਜਿਹੜੀ ਆਈਟਮ ਬਚੀ ਹੈ ਉਹ ਬਚੀ ਹੈ 20 kg। ਸੋ 20 kg ਦੀ ਆਈਟਮ ਇਸ ਕੇਸ ਦੇ ਵਿੱਚ ਐਡ ਨਹੀਂ ਹੋ ਸਕਦੀ। ਤਾਂ ਜਿਹੜੀ ਮੈਨੂੰ ਬੈਨੀਫਿਟ ਮਿਲਿਆ ਇਸ ਕੇਸ ਦੇ ਵਿੱਚ, ਮੈਨੂੰ ਬੈਨੀਫਿਟ ਮਿਲ ਗਿਆ 210 rupees ਦਾ। ਪਰ ਆਪਟੀਮਲ ਸੋਲੂਸ਼ਨ ਕੀ ਸੀਗਾ, ਆਪਟੀਮਲ ਸੋਲੂਸ਼ਨ ਸੀਗਾ ਕਿ ਜੇ ਮੈਂ 5 ਕਿਲੋ ਦੀ ਆਈਟਮ ਰੱਖਦਾ ਤੇ 20 kg ਦੀ ਆਈਟਮ ਰੱਖਦਾ ਟੋਟਲ ਮੇਰੇ 25 kg ਹੋ ਜਾਣੇ ਸੀਗੇ, 5 kg ਮੇਰਾ ਵੇਸਟ ਹੋ ਜਾਂਦਾ ਪਰ ਮੇਰੇ ਜਿਹੜਾ ਬੈਨੀਫਿਟ ਹੈ ਉਹ 290 rupees ਦਾ ਹੋ ਜਾਣਾ। ਸੋ ਦੈਟ ਮੀਨਸ ਕਿ ਜੇ ਮੈਂ ਮਿਨੀਮਮ ਵੇਟ ਵਾਲੀ ਸਟ੍ਰੈਟਜੀ ਦੇ ਨਾਲ ਵੀ ਚੱਲਾਂਗਾ ਤਾਂ ਵੀ ਮੇਰੇ ਕੋਲ ਆਪਟੀਮਮ ਵੈਲਿਊ ਆਪਟੀਮਮ ਸੋਲੂਸ਼ਨ ਜਿਹੜਾ ਹੈ ਉਹ ਨਹੀਂ ਨਿਕਲ ਕੇ ਆਏਗਾ। ਤਾਂ ਗ੍ਰੀਡੀ ਐਲਗੋਰਿਦਮ ਦਾ ਇਹ ਵਾਲਾ ਕ੍ਰਾਈਟੀਰੀਆ ਵੀ ਰੋਂਗ ਹੈ, ਇਹ ਵੀ ਮਤਲਬ ਸਹੀ ਆਪਾਂ ਨੂੰ ਸੋਲੂਸ਼ਨ ਨਹੀਂ ਦੇਵੇਗਾ। ਗੱਲ ਸਮਝ ਲੱਗ ਰਹੀ ਹੈ? ਸੋ ਆਪਾਂ ਗ੍ਰੀਡੀ ਜਿਹੜਾ ਗ੍ਰੀਡ ਹੈ ਉਹਦੇ ਵਾਸਤੇ ਵੀ ਬਹੁਤ ਸਾਰੇ ਕ੍ਰਾਈਟੀਰੀਆ ਹੈਗੇ ਆ। ਤੁਸੀਂ ਕਿਸ ਕ੍ਰਾਈਟੀਰੀਆ ਦੇ ਨਾਲ ਆਪਣਾ ਸਿਲੈਕਸ਼ਨ ਕਰੋਗੇ ਤਾਂ ਕਿ ਤੁਹਾਡਾ ਜਿਹੜਾ ਬੈਸਟ ਆਂਸਰ ਜਿਹੜਾ ਹੈ ਬੈਸਟ ਆਪਟੀਮਲ ਸੋਲੂਸ਼ਨ ਜਿਹੜਾ ਨਿਕਲ ਕੇ ਆਵੇ ਉਹ ਵੀ ਇੰਪੋਰਟੈਂਟ ਹੈ। ਪਹਿਲਾ ਕੇਸ ਦੇਖਿਆ ਆਪਾਂ ਨੇ ਕਿ ਜੇ ਮੈਕਸੀਮਮ ਵੈਲਿਊ ਵਾਲੀ ਆਈਟਮ ਚੱਕਦੇ ਹਾਂ ਤਾਂ ਵੀ ਆਪਣਾ ਸੋਲੂਸ਼ਨ ਨਹੀਂ ਬਣਦਾ, ਜੇ ਆਪਾਂ ਮਿਨੀਮਮ ਵੇਟ ਵਾਲੀ ਚੱਕਦੇ ਹਾਂ ਤਾਂ ਵੀ ਆਪਣਾ ਸੋਲੂਸ਼ਨ ਨਹੀਂ ਬਣਦਾ। ਦੋਨੇ ਕੇਸਿਸ ਆਈ ਹੋਪ ਕਿ ਕਲੀਅਰ ਹੋਣਗੇ ਤੁਹਾਨੂੰ ਸਾਰਿਆਂ ਨੂੰ। ਕੋਈ ਡਾਊਟ ਇੱਥੇ ਤੱਕ ਕਿਸੇ ਨੂੰ? ਨੋ ਸਰ। ਠੀਕ ਹੈ, ਥਰਡ ਜਿਹੜਾ ਕ੍ਰਾਈਟੀਰੀਆ ਆਪਾਂ ਲੈ ਕੇ ਚੱਲ ਰਹੇ ਹਾਂ, ਆਪਾਂ ਕਹਿੰਦੇ ਹਾਂ ਕਿ ਚਲੋ ਆਪਾਂ ਮੈਕਸੀਮਮ ਵੇਟ ਦੇ ਹਿਸਾਬ ਨਾਲ ਚੱਲ, ਜੇ ਆਪਾਂ ਮੈਕਸੀਮਮ ਵੇਟ ਨੂੰ ਪਹਿਲਾਂ ਰੱਖਾਂਗੇ ਫਿਰ ਉਸ ਤੋਂ ਅਗਲੇ ਨੂੰ ਰੱਖਾਂਗੇ ਫਿਰ ਉਸ ਤੋਂ ਅਗਲੇ ਨੂੰ ਰੱਖਾਂਗੇ। ਅਗੇਨ ਇਸ ਕੇਸ ਦੇ ਵਿੱਚ ਵੀ ਆਪਾਂ ਦੇਖੀਏ ਕਿ ਕੀ ਆਪਾਂ ਨੂੰ ਆਪਟੀਮਲ ਸੋਲੂਸ਼ਨ ਮਿਲਦਾ ਹੈ। ਸੋ ਆਪਾਂ ਇਸ ਕੇਸ ਦੇ ਵਿੱਚ ਜੇ ਆਪਾਂ ਮੈਕਸੀਮਮ ਵੇਟ ਦੇ ਹਿਸਾਬ ਨਾਲ ਚੱਲਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ 20 kg ਨੂੰ ਫਿਲ ਕਰ ਲਾਂਗੇ। ਜਦੋਂ ਆਪਾਂ 20 kg ਫਿਟ ਕੀਤਾ ਤਾਂ ਮੇਰੇ ਕੋਲ 140 ਦੀ ਕੋਸਟ ਵੈਲਿਊ ਜਿਹੜੀ ਆ ਉਹ ਕ੍ਰੀਏਟ ਹੋ ਗਈ। ਉਸ ਤੋਂ ਬਾਅਦ ਨੈਕਸਟ ਮੇਰਾ 10 kg ਸੀਗਾ, 10 kg ਮੈਂ ਫਿਟ ਕਰ ਸਕਦਾ ਕਿਉਂਕਿ ਮੇਰੇ ਕੋਲ ਸਪੇਸ ਹੈਗੀ ਹੈ। 20 + 10 ਟੋਟਲ 30 kg, ਮੇਰਾ ਬੈਗ ਵੀ ਫੁੱਲ ਹੋ ਗਿਆ ਔਰ ਜਿਹੜੀ ਮੇਰੀ ਕੋਸਟ ਹੈ 140 + 60 ਮੈਨੂੰ ਜਿਹੜੀ ਕੋਸਟ ਮਿਲ ਰਹੀ ਹੈ ਇਸ ਕੇਸ ਦੇ ਵਿੱਚ 200 rupees ਦੀ ਕੋਸਟ ਮੇਰੀ ਵੈਲਿਊ ਜਿਹੜੀ ਉਹ ਕ੍ਰੀਏਟ ਹੋ ਰਹੀ ਹੈ। ਪਰ ਕੀ ਇਹ ਆਪਟੀਮਲ ਹੈ?
ਆਨਸਰ ਇਜ਼ ਅਗੇਨ ਨੋ। ਜੇ ਤੁਸੀਂ ਆਪਟੀਮਲੀ ਇਸ ਚੀਜ਼ ਦੇ ਵਿੱਚ ਪੈਕਿੰਗ ਕਰੋ ਤਾਂ ਪਹਿਲਾਂ ਤੁਸੀਂ 5 ਕਿਲੋ ਦਾ ਪਾਓ, ਫਿਰ ਤੁਸੀਂ 20 ਕਿਲੋ ਦਾ ਪਾਓ, ਤਾਂ ਤੁਸੀਂ ਦੇਖੋਗੇ ਕਿ ਤੁਸੀਂ ਜਿਹੜੀ ਕੋਸਟ ਤੁਹਾਨੂੰ ਕ੍ਰੀਏਟ ਹੋ ਰਹੀ ਹੈ ਉਹ ਹੋ ਰਹੀ ਹੈ 290 ਰੁਪਏ ਦੀ। ਸੋ ਅਗੇਨ ਹਰ ਕੇਸ ਆਪਾਂ ਦੇਖ ਰਹੇ ਹਾਂ, ਆਪਾਂ 3 ਕੇਸਿਸ ਚੈੱਕ ਕਰ ਲਏ, ਤਿੰਨੋਂ ਹੀ ਕੇਸਿਸ ਦੇ ਵਿੱਚ ਗਰੀਡੀ ਐਲਗੋਰਿਦਮ ਜਿਹੜਾ ਕ੍ਰਾਈਟੀਰੀਆ ਜਿਹੜਾ ਆਪਾਂ ਸਿਲੈਕਟ ਕਰ ਰਹੇ ਹਾਂ ਗਰੀਡ ਕਰਨ ਦਾ, ਉਹ ਕ੍ਰਾਈਟੀਰੀਆ ਜਿਹੜਾ ਹੈ ਉਹ ਐਪਰੋਪ੍ਰੀਏਟ ਨਹੀਂ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸ਼ੋ ਕਰਦੀਆਂ ਨੇ ਕਿ ਆਪਣੇ ਕੋਲ ਇੱਕ ਗਰੀਡੀ ਕਿਸ ਹਿਸਾਬ ਨਾਲ ਆਪਾਂ ਕ੍ਰਾਈਟੀਰੀਆ ਸਿਲੈਕਟ ਕਰੀਏ, ਕਿ ਆਪਣਾ ਕ੍ਰਾਈਟੀਰੀਆ ਸਿਲੈਕਸ਼ਨ ਵੀ ਇੱਕ ਇੰਪੋਰਟੈਂਟ ਪੈਰਾਮੀਟਰ ਹੈ ਜਦੋਂ ਆਪਾਂ ਗਰੀਡੀ ਐਲਗੋਰਿਦਮ ਨੂੰ ਐਗਜੀਕਿਊਟ ਕਰ ਰਹੇ ਹੁੰਦੇ ਹਾਂ। ਤਾਂ ਸਿਲੈਕਸ਼ਨ ਕ੍ਰਾਈਟੀਰੀਆ ਜਿਹੜਾ ਹੈ ਫੋਰਥ ਵਾਲਾ, ਉਹ ਹੈ ਮੈਕਸੀਮਮ ਬੈਨੀਫਿਟ ਪਰ ਯੂਨਿਟ ਆਈਟਮ। ਹੁਣ ਮਾਰਕੀਟ ਦੇ ਵਿੱਚ ਆਪਾਂ ਜਾਂਦੇ ਹਾਂ, ਮਾਰਕੀਟ ਦੇ ਵਿੱਚ ਗਏ, ਮੈਂ ਜੈਮ ਖਰੀਦਣਾ ਹੈ, ਜੈਮ ਦੀਆਂ ਸਾਹਮਣੇ ਮੇਰੇ 2 ਬੋਤਲਾਂ ਪਈਆਂ, ਇੱਕ 350 ਗ੍ਰਾਮ ਦੀ, ਇੱਕ 400 ਗ੍ਰਾਮ ਦੀ, ਇੱਕ ਦਾ ਰੇਟ 180 ਰੁਪਏ ਹੈ, ਦੂਸਰੇ ਦਾ ਰੇਟ ਜਿਹੜਾ ਹੈਗਾ ਉਹ 200 ਰੁਪਏ ਹੈ, ਤਾਂ ਮੈਂ ਕਿਸ ਤਰ੍ਹਾਂ ਡਿਸਾਈਡ ਕਰਾਂਗਾ ਕਿ ਮੈਂ ਕਿਹੜੀ ਜੈਮ ਦੀ ਬੋਟਲ ਮੈਨੂੰ ਸਸਤੀ ਪਏ? ਤਾਂ ਹੈ ਕੋਈ ਆਈਡੀਆ ਤੁਹਾਨੂੰ, ਤੁਸੀਂ ਕਦੇ ਪਰਚੇਜ ਕੀਤਾ ਮਾਰਕੀਟ ਜਾ ਕੇ ਇਸ ਤਰ੍ਹਾਂ ਕੰਪੈਰੀਜ਼ਨ ਕਰਕੇ? ਅੱਜ ਕੱਲ੍ਹ ਆਪਾਂ ਮਾਲ ਦੇ ਵਿੱਚ ਜਾਂਦੇ ਹਾਂ, ਸ਼ੈਲਫ ਤੇ ਪਈਆਂ ਹੋਈਆਂ ਨੇ ਬਹੁਤ ਸਾਰੀਆਂ ਜੈਮ ਦੀਆਂ ਬੋਟਲਾਂ, ਬਹੁਤ ਸਾਰੀ ਕਿਸਾਨ ਦੀ ਸੌਸ ਵੀ ਪਈ ਹੈ ਔਰ ਮੈਗੀ ਦੀ ਸੌਸ ਵੀ ਪਈ ਹੈ, ਦੂਸਰੀ ਸੌਸ ਵੀ ਪਈ, ਕਦੇ ਕੰਪੈਰੀਜ਼ਨ ਕਰਕੇ ਦੇਖਿਆ ਕਿ ਕਿਹੜੀ ਸੌਸ ਸਸਤੀ ਪੈ ਰਹੀ ਹੈ ਆਪਾਂ ਨੂੰ? ਜੀ ਸਰ, ਯੈਸ ਸਰ, ਕਿੱਦਾਂ ਕਰਦੇ ਆਪਾਂ? ਹਾਂ, ਕਿੱਦਾਂ ਕਰਦੇ ਹਾਂ ਉਦੋਂ ਜਿਹਦਾ ਮੈਕਸਿਮਮ ਵੇਟ ਹੋਵੇ? ਨਹੀਂ 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 ਮੈਕਸੀਮਮ ਵੇਟ ਨਾਲ ਨਹੀਂ ਹੋਏਗਾ, ਕਿਉਂਕਿ ਦੇਖੋ ਇੱਕ ਇੱਕ ਜੈਮ ਜਿਹੜਾ ਹੈ ਉਹ 400 ਗ੍ਰਾਮ ਦਾ ਹੈ, ਦੂਸਰਾ ਜੈਮ ਦੀ ਬੋਟਲ 350 ਗ੍ਰਾਮ ਦੀ ਹੈ, 350 ਗ੍ਰਾਮ ਵਾਲੀ 180 ਦੀ ਮਿਲਦੀ ਪਈ ਹੈ, 400 ਗ੍ਰਾਮ ਵਾਲੀ 200 ਦੀ ਮਿਲਦੀ ਪਈ ਹੈ, ਦੱਸੋ ਕਿਹੜੀ ਸਸਤੀ ਹੈ ਦੋਵਾਂ ਚੋਂ? ਕਿਵੇਂ ਕੰਪੇਅਰ ਕਰ ਲਾਂਗੇ ਜਦੋਂ ਦੋਨਾਂ ਦਾ ਵੇਟ ਹੀ ਬਰਾਬਰ ਨਹੀਂ ਹੈਗਾ? ਠੀਕ ਹੈ, ਸੋ ਸਭ ਤੋਂ ਪਹਿਲਾਂ ਕੰਮ ਕੀ ਹੈ ਕਿ ਪਹਿਲਾਂ ਆਪਾਂ ਉਹਨਾਂ ਦਾ ਵੇਟ ਬਰਾਬਰ ਕਰੀਏ ਕਿ 1 ਗ੍ਰਾਮ ਜੈਮ ਕਿੰਨੇ ਦਾ ਪਿਆ। ਜੇ ਇੱਕ 400 ਗ੍ਰਾਮ ਦੀ ਬੋਟਲ ਹੈ, ਇੱਕ 350 ਗ੍ਰਾਮ ਦੀ ਬੋਟਲ ਹੈ, ਤਾਂ ਆਪਾਂ ਸਭ ਤੋਂ ਪਹਿਲਾਂ ਇਹ ਦੇਖਾਂਗੇ ਕਿ 400 ਗ੍ਰਾਮ ਵਾਲੀ ਬੋਟਲ ਜੇ 200 ਰੁਪਏ ਦੀ ਪੈ ਰਹੀ ਹੈ ਤਾਂ 1 ਗ੍ਰਾਮ ਜੈਮ ਕਿੰਨੇ ਦਾ ਪਿਆ? ਸਿਮਿਲਰਲੀ ਦੂਸਰੇ ਪਾਸੇ ਜੇ 350 ਵਾਲੀ 180 ਦੀ ਪੈ ਰਹੀ ਹੈ ਤਾਂ ਉਹਦੇ ਵਿੱਚ 1 ਗ੍ਰਾਮ ਜੈਮ ਕਿੰਨੇ ਦਾ ਪਿਆ? ਤਾਂ ਜਦੋਂ ਇੱਕ ਚੀਜ਼ ਨੂੰ ਆਪਾਂ ਕਾਂਸਟੈਂਟ ਕਰਾਂਗੇ, ਇੱਕ ਚੀਜ਼ ਨੂੰ ਆਪਾਂ ਬਰਾਬਰ ਲੈ ਕੇ ਆਵਾਂਗੇ, ਤਾਂ ਹੀ ਆਪਾਂ ਪ੍ਰਾਈਸ ਦਾ ਕੰਪੈਰੀਜ਼ਨ ਕਰ ਸਕਦੇ ਹਾਂ। ਸੋ ਬੇਸਿਕਲੀ ਉਹ ਜਿਹੜਾ ਕ੍ਰਾਈਟੀਰੀਆ ਆਪਾਂ ਯੂਜ਼ ਕਰ ਰਹੇ ਹਾਂ ਉਹ ਹੈਗਾ ਮੈਕਸੀਮਮ ਬੈਨੀਫਿਟ ਪਰ ਯੂਨਿਟ ਆਈਟਮ। ਤੇ 1 ਯੂਨਿਟ ਆਈਟਮ ਦੇ ਪਿੱਛੇ, 1 ਗ੍ਰਾਮ ਦੇ ਪਿੱਛੇ ਉਹਦੀ ਕਿੰਨੀ ਕੋਸਟ ਪੈ ਰਹੀ ਹੈ? ਜੇ ਮੇਰੇ ਕੋਲ ਟੁੱਥਪੇਸਟ 4 ਤਰ੍ਹਾਂ ਦੀਆਂ ਹੈਗੀਆਂ ਨੇ ਤੇ ਮੈਂ ਉਹਨਾਂ ਨੂੰ ਕੰਪੈਰੀਜ਼ਨ ਕਰਨਾ, ਤਾਂ ਪਹਿਲਾਂ ਮੈਂ ਇਹ ਦੇਖਾਂਗਾ ਕਿ 1 ਗ੍ਰਾਮ ਦੀ ਟੁੱਥਪੇਸਟ ਕਿੰਨੇ ਦੀ ਪੈ ਰਹੀ ਹੈ। ਜਦੋਂ ਇੱਕ ਕ੍ਰਾਈਟੀਰੀਆ ਕਾਮਨ ਹੋ ਜਾਏਗਾ, ਇੱਕ ਲੈਵਲ ਕਾਮਨ ਆ ਗਿਆ, ਉਸ ਤੋਂ ਬਾਅਦ ਆਪਾਂ ਪ੍ਰਾਈਸ ਨੂੰ ਕੰਪੇਅਰ ਕਰ ਦਾਂਗੇ। ਦਿਸ ਇਜ਼ ਦਾ ਬੇਸਿਕ ਬਿਹਾਈਂਡ ਫ੍ਰੈਕਸ਼ਨਲ ਨੈਪਸੈਕ ਆਲਸੋ, ਕਿ ਮੈਕਸੀਮਮ ਬੈਨੀਫਿਟ ਪਰ ਯੂਨਿਟ ਆਈਟਮ। 1 ਯੂਨਿਟ ਆਈਟਮ ਜੇ ਆਪਾਂ ਚੱਕੀਏ ਤਾਂ ਫਿਰ ਆਪਾਂ ਨੂੰ ਕਿੰਨਾ ਉਹਦੇ 'ਚ ਕੋਸਟ ਪੈ ਰਹੀ ਹੈ? ਠੀਕ, ਸੋ ਫੋਰ ਐਗਜ਼ਾਮਪਲ ਮੇਰੇ ਕੋਲ ਆਈਟਮਸ ਹੈਗੀਆਂ ਨੇ, ਅਗੇਨ ਉਹੀ 3 ਆਈਟਮਸ ਹੈਗੀਆਂ ਨੇ, 5 ਕਿਲੋ ਦੀ ਆਈਟਮ 50 ਰੁਪਏ ਦੀ, 20 ਕਿਲੋ ਦੀ ਆਈਟਮ 140 ਰੁਪਏ ਦੀ, 10 ਕਿਲੋ ਦੀ ਆਈਟਮ 60 ਰੁਪਏ ਦੀ। ਹੁਣ ਜੇ ਇਹਨਾਂ ਨੂੰ ਮੈਂ ਕੰਪੈਰੀਜ਼ਨ ਕਰਨਾ ਹੈ ਤਾਂ ਕੰਪੈਰੀਜ਼ਨ ਕਰਨ ਲਈ ਮੈਨੂੰ ਪਹਿਲਾਂ ਇਹਨਾਂ ਨੂੰ 1 ਲੈਵਲ ਦੇ ਉੱਤੇ ਲੈ ਕੇ ਆਉਣਾ ਪਏਗਾ। ਉਹ 1 ਲੈਵਲ ਲੈ ਕੇ ਆਉਣ ਲਈ ਦੈਟ ਇਜ਼ ਕਾਲਡ ਬੈਨੀਫਿਟ ਪਰ ਯੂਨਿਟ ਵੇਟ। ਸੋ ਇਹ ਆਪਾਂ ਨੂੰ B/W, ਇਹਨੂੰ ਰੇਸ਼ੋ ਦੇ ਦਾ ਨਾਮ ਦੇਤਾ B/W, ਦੈਟ ਇਜ਼ ਬੇਸਿਕਲੀ ਬੈਨੀਫਿਟ ਪਰ ਯੂਨਿਟ ਵੇਟ। ਓਕੇ, ਸੋ ਆਪਾਂ 140 ਹੈ ਮੇਰੀ ਜਿਵੇਂ ਕੋਸਟ, ਇੱਥੇ 140 ਮੇਰੀ ਕੋਸਟ ਹੈ ਔਰ 20 ਮੇਰੀ ਹੈ ਉਹਦੀ ਵੇਟ। ਤਾਂ 20 ਗ੍ਰਾਮ ਜਾਂ 20 ਕਿਲੋ 140 ਰੁਪਏ ਦੀ, 1 ਕਿਲੋ ਕਿੰਨੀ ਹੋ ਗਈ? 140/20। ਠੀਕ ਹੈ, ਸਿੰਪਲ ਜਿਹਾ ਹਿਸਾਬ, ਯੂਨਿਟਰੀ ਮੈਥਡ। 20 kg ਜੇ ਮੇਰਾ ਹੈ 140 ਰੁਪਏ ਦਾ, ਤਾਂ 1 ਕਿਲੋ ਕਿੰਨਾ ਹੋ ਗਿਆ? 20 kg ਹੋ ਗਿਆ 140 ਦਾ, ਤਾਂ 1 kg ਕਿੰਨੇ ਦਾ ਹੋ ਜਾਏਗਾ? 140/20। ਓਕੇ, ਸੋ ਇਹ ਸਿੰਪਲ ਜਿਹਾ ਫਾਰਮੂਲਾ ਪਰ ਯੂਨਿਟ ਉਹਦਾ ਕੀ ਬਣ ਰਿਹਾ, ਆਪਾਂ ਉਹ ਕੱਢ ਲਿਆ, ਹਰ ਇੱਕ ਆਈਟਮ ਦਾ ਕੱਢ ਲਾਂਗੇ। ਜਿਵੇਂ ਇਹਦਾ ਪਰ ਯੂਨਿਟ ਬਣ ਗਿਆ 10, 50/5, ਇਹਦਾ ਪਰ ਯੂਨਿਟ ਬਣ ਗਿਆ 6, ਔਰ ਅਗਲੇ ਦਾ ਪਰ ਯੂਨਿਟ, ਇੱਥੇ 2 ਹੀ ਆਈਟਮਾਂ ਨੇ, ਹੈਨਾ, ਤੀਸਰੀ ਆਈਟਮ ਹੈ, ਹਾਂ ਤੇ ਆ ਪਿਆ ਇਹਦਾ ਬਣ ਗਿਆ 7। ਠੀਕ ਹੈ, ਸੋ ਇੱਕ ਦਾ ਹੈਗਾ 10, ਇੱਕ ਦਾ ਹੈਗਾ 7, ਇੱਕ ਦਾ ਹੈਗਾ 6। ਤਾਂ ਆਪਾਂ ਕਿਸ ਹਿਸਾਬ ਨਾਲ ਸਿਲੈਕਸ਼ਨ ਕਰੀਏ? ਆਪਾਂ ਪਰ ਯੂਨਿਟ ਵੇਟ ਦੇ ਹਿਸਾਬ ਨਾਲ, ਪਰ ਯੂਨਿਟ ਆਈਟਮ ਦੇ ਹਿਸਾਬ ਨਾਲ ਸਿਲੈਕਸ਼ਨ ਕਰਾਂਗੇ ਕਿ ਪਰ ਯੂਨਿਟ ਕਿਹਦਾ ਮੈਕਸੀਮਮ ਪੈ ਰਿਹਾ। ਜਿਵੇਂ ਇਸ ਆਈਟਮ ਦਾ ਸਭ ਤੋਂ ਵੱਧ ਪੈ ਰਿਹਾ, ਸਭ ਤੋਂ ਪਹਿਲਾਂ ਆਪਾਂ ਇਸ ਆਈਟਮ ਨੂੰ ਐਡ ਕਰਾਂਗੇ, ਉਸ ਤੋਂ ਬਾਅਦ ਇਹਨਾਂ ਦੋਨਾਂ ਦੇ ਵਿੱਚੋਂ ਇਹਦਾ ਜ਼ਿਆਦਾ ਹੈ ਤਾਂ ਆਪਾਂ ਇਹ ਵਾਲੀ ਆਈਟਮ ਐਡ, ਉਸ ਤੋਂ ਬਾਅਦ ਮੇਰੇ ਕੋਲ ਬਚ ਗਿਆ 5 kg, ਜਿੱਥੇ ਮੈਂ ਥਰਡ ਆਈਟਮ, ਕਿਉਂਕਿ ਮੇਰੇ ਕੋਲ 10 kg ਦੀ ਹੈ, ਮੈਂ ਉੱਥੇ ਫਿੱਟ ਨਹੀਂ ਕਰ ਸਕਦਾ, ਤਾਂ ਮੇਰੇ ਕੋਲ ਜਿਹੜਾ ਟੋਟਲ ਬੈਨੀਫਿਟ ਇਸ ਕੇਸ ਦੇ ਵਿੱਚ ਹੋ ਗਿਆ ਉਹ ਹੋ ਗਿਆ 190 ਦਾ, ਪਰ ਗਰੀਡੀ ਐਲਗੋਰਿਦਮ ਦੇ ਹਿਸਾਬ। ਪਰ
ਦੇਨ ਇਹ ਸੋਲੂਸ਼ਨ ਵੀ ਆਪਣਾ ਆਪਟੀਮਲ ਸੋਲੂਸ਼ਨ ਨਹੀਂ ਹੈਗਾ। ਆਪਟੀਮਲੀ ਜੇ ਤੁਸੀਂ ਦੇਖੋਗੇ ਤਾਂ ਜੇ ਆਪਾਂ 10 ਕਿਲੋ ਦੀ ਆਈਟਮ ਤੇ 20 ਕਿਲੋ ਦੀ ਆਈਟਮ ਇਹਦੇ ਵਿੱਚ ਰੱਖ ਲੈਂਦੇ ਤਾਂ ਆਪਣੇ ਕੋਲ 200 ਰੁਪਏ ਦੀ ਵੈਲਿਊ ਜਿਹੜੀ ਆ ਉਹ ਜਨਰੇਟ ਹੋ ਜਾਣੀ। ਇਜ਼ ਦੈਟ ਕਲੀਅਰ? ਸੋ ਆਪਣੇ ਕੋਲ ਡਿਫਰੈਂਟ ਡਿਫਰੈਂਟ ਕ੍ਰਾਈਟੀਰੀਆ ਨਾਲ ਆਪਾਂ ਟਰਾਈ ਕਰਕੇ ਦੇਖ ਲਿਆ, ਪਰ ਆਪਾਂ ਦੇਖਿਆ ਕਿ ਹਰ ਕੇਸ ਦੇ ਵਿੱਚ ਜਿਹੜਾ ਗ੍ਰੀਡੀ ਐਲਗੋਰਿਦਮ ਹੈ ਉਹ ਪ੍ਰੋਬਲਮ ਨੂੰ ਸੋਲਵ ਨਹੀਂ ਕਰ ਪਾ ਰਿਹਾ। ਕਿਉਂ ਨਹੀਂ ਸੋਲਵ ਕਰ ਪਾ ਰਿਹਾ? ਕਿਉਂਕਿ ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਹੈਗੀਆਂ ਨੇ 0-1 ਨੈਪਸੈਕ, 0-1 ਕਿ ਜਾਂ ਆਈਟਮ ਆਪਾਂ ਰੱਖ ਰਹੇ ਹਾਂ ਜਾਂ ਆਈਟਮ ਨੂੰ ਛੱਡ ਰਹੇ ਹਾਂ। ਤਾਂ 0-1 ਨੈਪਸੈਕ ਬੇਸਿਕਲੀ ਗ੍ਰੀਡੀ ਐਲਗੋਰਿਦਮ ਦੇ ਨਾਲ ਸੋਲਵ ਹੋ ਹੀ ਨਹੀਂ ਸਕਦਾ। ਸੋ ਇਸ ਨੂੰ ਸੋਲਵ ਕਰਨ ਵਾਸਤੇ ਆਪਣੇ ਕੋਲ ਡਾਇਨਾਮਿਕ ਪ੍ਰੋਗਰਾਮਿੰਗ ਦਾ ਜਿਹੜਾ ਮੈਥਡ ਹੈ ਉਹਨੂੰ ਆਪਾਂ ਯੂਜ ਕਰਦੇ ਹੁੰਦੇ ਹਾਂ, ਜੋ ਕਿ ਆਪਣੇ ਸਿਲੇਬਸ 'ਚ ਨਹੀਂ ਹੈਗਾ, ਆਪਾਂ ਕਵਰ ਨਹੀਂ ਕਰਾਂਗੇ। ਓਕੇ, ਸੋ ਆਪਣੇ ਸਿਲੇਬਸ ਹੈ ਗ੍ਰੀਡੀ ਮੈਥਡ। ਤਾਂ ਫਿਰ ਗ੍ਰੀਡੀ ਮੈਥਡ ਕਿੱਥੇ ਕੰਮ ਆਏਗਾ? ਗ੍ਰੀਡੀ ਮੈਥਡ ਉੱਥੇ ਕੰਮ ਆਏਗਾ ਜਿੱਥੇ ਫਰੈਕਸ਼ਨ ਜਿਹੜੇ ਨੇ ਉਹ ਅਲਾਊਡ ਹੁੰਦੇ ਆ। ਸੋ ਫਰੈਕਸ਼ਨਲ ਨੈਪਸੈਕ ਦੇ ਵਿੱਚ ਆਪਾਂ ਗ੍ਰੀਡੀ ਐਲਗੋਰਿਦਮ ਨੂੰ ਯੂਜ਼ ਕਰਦੇ ਹਾਂ, ਤੇ 0-1 ਨੈਪਸੈਕ ਦੇ ਵਿੱਚ ਆਪਾਂ ਡਾਇਨਾਮਿਕ ਪ੍ਰੋਗਰਾਮਿੰਗ ਨੂੰ ਯੂਜ਼ ਕਰਦੇ ਹਾਂ। ਸੋ ਪਹਿਲੀ ਗੱਲ ਜਿਹੜੀ ਸਮਝਣ ਵਾਲੀ ਸੀ, 0-1 ਪ੍ਰੋਬਲਮ ਐਂਡ ਫਰੈਕਸ਼ਨਲ ਨੈਪਸੈਕ ਪ੍ਰੋਬਲਮ। ਓਕੇ, ਇਹ ਦੋਨੋਂ ਪ੍ਰੋਬਲਮ ਕਲੀਅਰ ਹੈ? ਆਪਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਗ੍ਰੀਡੀ ਐਲਗੋਰਿਦਮ ਵੀ ਆਪਣਾ 0-1 ਪ੍ਰੋਬਲਮ ਨੂੰ ਸੋਲਵ ਨਹੀਂ ਕਰ ਸਕਦਾ। ਓਕੇ, ਨੈਕਸਟ ਆ ਗਿਆ ਆਪਣੇ ਕੋਲ ਫਰੈਕਸ਼ਨਲ ਨੈਪਸੈਕ। ਫਰੈਕਸ਼ਨਲ ਨੈਪਸੈਕ ਦੇ ਵਿੱਚ ਕੀ ਆਪਸ਼ਨ ਹੈ ਕਿ ਆਪਣਾ ਆਪਣੀ ਆਈਟਮ ਨੂੰ ਫਰੈਕਸ਼ਨ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਆਪਾਂ ਸਾਰੀ ਆਈਟਮ ਵੀ ਰੱਖ ਸਕਦੇ ਹਾਂ ਜਾਂ ਉਹਦੇ ਵਿੱਚੋਂ ਕੋਈ ਹਿੱਸਾ ਫਰੈਕਸ਼ਨ ਵੀ ਆਪਾਂ ਰੱਖ ਸਕਦੇ ਹਾਂ। ਓਕੇ, ਸੋ ਗ੍ਰੀਡੀ ਐਲਗੋਰਿਦਮ ਦੇ ਨਾਲ ਇਹਨੂੰ ਆਪਾਂ ਸੋਲਵ ਕਰ ਸਕਦੇ ਹਾਂ। ਦਿਸ ਇਜ਼ ਅਗੇਨ ਵੈਰੀ ਸਿੰਪਲ ਪ੍ਰੋਬਲਮ, ਵੈਰੀ ਸਿੰਪਲ ਐਲਗੋਰਿਦਮ ਕਿ ਆਪਾਂ ਸਾਰੀਆਂ ਆਈਟਮ ਨੂੰ ਸੋਰਟ ਕਰ ਲੈਣਾ ਹੈ ਬਾਏ ਬੈਨੀਫਿਟ ਬਾਏ ਵੇਟ। ਠੀਕ ਹੈ, ਮੈਕਸੀਮਮ ਬੈਨੀਫਿਟ ਪਰ ਯੂਨਿਟ ਵੇਟ ਆਪਾਂ ਉਹਨੂੰ ਉਹਦੇ ਹਿਸਾਬ ਨਾਲ ਉਹ ਰੇਸ਼ੋ ਕੱਢਣੀ ਹੈ। ਉਹ ਰੇਸ਼ੋ ਕੱਢ ਕੇ ਆਪਾਂ ਸਾਰੀਆਂ ਆਈਟਮ ਨੂੰ ਸੋਰਟ ਕਰ ਲੈਣਾ। ਉਸ ਤੋਂ ਬਾਅਦ ਇੱਕ ਇੱਕ ਆਈਟਮ ਚੱਕ ਕੇ ਆਪਣੇ ਨੈਪਸੈਕ ਦੇ ਵਿੱਚ ਪਾਈ ਜਾਣੀ ਹੈ। ਪਹਿਲੀ ਆਈਟਮ ਜੋ ਸੋਰਟ ਕਰਨ ਤੋਂ ਬਾਅਦ ਜੋ ਫਸਟ ਆਈਟਮ ਆ ਗਈ ਉਹਨੂੰ ਚੱਕ ਕੇ ਨੈਪਸੈਕ ਦੇ ਵਿੱਚ ਪਾ ਲੈਣਾ। ਨੈਪਸੈਕ ਦੇ ਵਿੱਚ ਪਾਉਣ ਤੋਂ ਬਾਅਦ ਜੇ ਆਪਣਾ ਵੇਟ ਐਕਸੀਡ ਹੁੰਦਾ ਫਿਰ ਆਪਾਂ ਉਹਨੂੰ ਛੱਡ ਦਾਂਗੇ, ਉਹਦਾ ਇੱਕ ਫਰੈਕਸ਼ਨ ਪਾਵਾਂਗੇ। ਠੀਕ ਹੈ, ਔਰ ਜੇ ਨੈਪਸੈਕ ਪਾਉਣ ਤੋਂ ਬਾਅਦ ਵੇਟ ਐਕਸੀਡ ਨਹੀਂ ਹੁੰਦਾ ਤਾਂ ਆਪਾਂ ਕੰਮ ਸਰ ਗਿਆ, ਫਿਰ ਆਪਾਂ ਅਗਲੀ ਆਈਟਮ ਤੇ ਚੱਲਾਂਗੇ। ਸੋ ਇਟਸ ਵੈਰੀ ਸਿੰਪਲ ਐਲਗੋਰਿਦਮ। ਸਭ ਤੋਂ ਪਹਿਲਾਂ ਆਪਾਂ ਬੀ ਬਾਈ ਡਬਲਯੂ ਰੇਸ਼ੋ ਕੱਢਣੀ ਹੈ ਔਰ ਉਸ ਰੇਸ਼ੋ ਦੇ ਹਿਸਾਬ ਨਾਲ ਸਾਰਿਆਂ ਨੂੰ ਸੋਰਟਿੰਗ ਆਰਡਰ ਦੇ ਵਿੱਚ ਲਗਾ ਲੈਣਾ। ਸੋ ਉਸ ਤੋਂ ਬਾਅਦ ਨੈਕਸਟ ਸਟੈਪ ਕੀ ਹੈ, ਇੱਕ ਇੱਕ ਆਈਟਮ ਆਪਾਂ ਐਡ ਕਰੀ ਜਾਣੀ ਹੈ। ਜਿੱਥੇ ਜਾ ਕੇ ਆਪਣਾ ਵੇਟ ਓਵਰਲੋਡ ਹੋ ਗਿਆ ਉੱਥੇ ਜਾ ਕੇ ਉਹ ਲਾਸਟ ਆਈਟਮ ਨੂੰ ਪੂਰਾ ਐਡ ਕਰਨ ਦੀ ਬਜਾਏ ਉਹਦਾ ਇੱਕ ਆਪਾਂ ਫਰੈਕਸ਼ਨ ਜਿਹੜਾ ਹੈ ਉਹ ਐਡ। ਠੀਕ, ਸੋ ਇਟ ਇਜ਼ ਵੈਰੀ ਸਿੰਪਲ ਐਲਗੋਰਿਦਮ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਥੇ ਸਮਝਾ ਦਿੰਦਾ, ਸੋ ਆਪਾਂ ਉੱਥੇ ਵਾਪਸ ਦੁਬਾਰਾ ਆ ਜਾਵਾਂਗੇ। ਤਿੰਨ ਆਈਟਮ ਨੇ ਮੇਰੇ ਕੋਲ, ਆਈਟਮ 1, 2 ਐਂਡ 3। ਠੀਕ ਹੈ, 5, 20 ਐਂਡ 10। ਸੋ ਜੇ ਇਹਨਾਂ ਦਾ ਬੀ ਬਾਈ ਡਬਲਯੂ ਕੱਢਾਂਗੇ, ਪਹਿਲੇ ਦਾ ਰੁਪੀਜ਼ 10 ਨਿਕਲ ਕੇ ਆਉਂਦਾ, ਦੂਸਰੇ ਦਾ 7 ਨਿਕਲ ਕੇ ਆਉਂਦਾ, ਤੀਸਰੇ ਦਾ 6 ਨਿਕਲ ਕੇ ਆਉਂਦਾ। ਠੀਕ ਹੈ, ਸੋ ਆਪਾਂ ਸੋਰਟਿੰਗ ਆਰਡਰ ਦੇ ਵਿੱਚ ਲਗਾ ਲਿਆ, ਪਹਿਲਾਂ ਆ ਗਿਆ 10, ਫਿਰ ਆ ਗਿਆ 7, ਥਰਡ ਆ ਗਿਆ 6, ਬਾਈ ਡਿਫਾਲਟ ਸੋਰਟਿੰਗ ਆਰਡਰ ਦੇ ਵਿੱਚ ਹੀ ਪਏ ਨੇ। ਸੋ ਆਪਾਂ ਪਹਿਲਾਂ 10 ਵਾਲੇ ਨੂੰ ਐਡ ਕਰਾਂਗੇ, ਸੋ 10 ਦੇ ਵਿੱਚ ਜਦੋਂ ਆਪਾਂ ਐਡ ਕੀਤਾ ਤਾਂ ਮੇਰਾ ਵੇਟ ਹੋ ਗਿਆ 5 kg। ਫਿਰ ਆਪਾਂ 20 ਵਾਲੇ ਨੂੰ ਐਡ ਕੀਤਾ ਤਾਂ ਮੇਰਾ ਵੇਟ ਹੋ ਗਿਆ ਟੋਟਲ 25 kg। ਹੁਣ ਮੈਂ ਕਿੰਨੀ ਆਈਟਮ ਹੋਰ ਐਡ ਕਰ ਸਕਦਾ? ਉਹ ਨਿਕਲੇਗਾ ਆਹ ਜਿਹੜਾ ਮੈਕਸੀਮਮ ਵੇਟ ਹੈ ਮਾਈਨਸ ਜੋ ਐਗਜ਼ਿਸਟਿੰਗ ਵੇਟ ਹੈ। ਮੈਕਸੀਮਮ ਵੇਟ ਮਾਈਨਸ ਐਗਜ਼ਿਸਟਿੰਗ ਵੇਟ, ਇਹ ਹੀ ਹੋ ਗਿਆ ਜਿਹੜਾ ਆਹ ਵਾਲਾ ਵੇਟ ਹੈ ਜਿਹੜਾ ਮੇਰਾ ਪੈਂਡਿੰਗ ਰਹਿ ਗਿਆ 5 ਕਿਲੋ। 5 ਕਿਲੋ ਕਿਵੇਂ ਨਿਕਲੇਗਾ? ਐਗਜ਼ਿਸਟਿੰਗ ਹੈਗਾ 25, ਮੈਕਸੀਮਮ ਹੈਗਾ 30, 30 ਮਾਈਨਸ 25 ਆਪਣਾ ਹੋ ਗਿਆ 5 ਕਿਲੋ। ਸੋ ਥਰਡ ਆਈਟਮ ਜਿਹੜੀ ਹੈ ਉਹ ਮੈਂ ਪੂਰੀ ਦੀ ਪੂਰੀ ਨਹੀਂ ਐਡ ਕਰ ਸਕਦਾ, ਬਟ ਮੈਂ ਉਹਦਾ 5 ਕਿਲੋ ਐਡ ਕਰ। ਜਦੋਂ ਮੈਂ 5 ਕਿਲੋ ਐਡ ਕਰਾਂਗਾ ਤਾਂ ਉਹਦੀ ਕਿੰਨੀ ਵੈਲਿਊ ਮੈਨੂੰ ਮਿਲੀ? ਤਾਂ ਜੇ 1 ਯੂਨਿਟ ਦੀ ਵੈਲਿਊ ਉੱਥੇ 6 ਰੁਪਏ ਹੈ, 1 ਕਿਲੋ ਦੀ ਵੈਲਿਊ 6 ਰੁਪਏ ਹੈ, ਤਾਂ 5 ਕਿਲੋ ਦੀ ਕਿੰਨੀ ਹੋ ਜਾਏਗੀ? ਉਹ ਹੋ ਜਾਏਗੀ 30 ਰੁਪਏ। ਤਾਂ ਆਪਾਂ ਇਹਦੇ ਵਿੱਚ ਜੋ ਬੈਨੀਫਿਟ ਐਡ ਕਰਾਂਗੇ, ਆਈਟਮ ਐਡ ਕਰਾਂਗੇ 5 ਕਿਲੋ, ਵੈਲਿਊ ਮੈਨੂੰ ਮਿਲੇਗੀ 30 ਰੁਪਏ। ਠੀਕ ਹੈ, 30 ਰੁਪਏ ਕਿਵੇਂ ਆਏ? ਤੇ ਉਹਦੀ ਪਰ ਯੂਨਿਟ ਦੀ ਕੋਸਟ ਮਲਟੀਪਲਾਈ ਬਾਏ ਜਿੰਨਾ ਮੈਂ ਉਹਦੇ ਚ ਐਡ ਕੀਤਾ ਫਰੈਕਸ਼ਨ। ਠੀਕ ਹੈ, ਸੋ ਜਿੰਨਾ ਫਰੈਕਸ਼ਨ ਐਡ ਕੀਤਾ ਤੇ ਕਿੰਨੀ ਉਹਦੀ ਕੋਸਟ ਸੀਗੀ? ਕੋਸਟ ਆਪਾਂ ਪਹਿਲਾਂ ਹੀ ਕੱਢੀ ਹੋਈ ਹੈ, ਔਰ ਫਰੈਕਸ਼ਨ ਆਪਾਂ ਕਿਵੇਂ ਕੱਢ ਸਕਦੇ ਹਾਂ? ਮੈਕਸੀਮਮ ਪੋਸੀਬਲ ਵੈਲਿਊ ਮਾਈਨਸ ਜਿਹੜਾ ਮੈਂ ਆਲਰੇਡੀ ਇਹਦੀ ਫਰੰਟ ਵੇਟ ਜਿਹੜਾ ਉਹਦੇ ਵਿੱਚ ਹੈਗਾ ਦੋਨਾਂ ਨੂੰ ਮੈਂ ਮਾਈਨਸ ਕਰਾਂਗਾ ਤਾਂ ਮੈਨੂੰ ਜਿੰਨਾ ਮੈਂ ਐਡ ਕਰਨੀ ਹੈ ਆਈਟਮ ਥਰਡ ਉਹ ਕੁਆਂਟਿਟੀ ਮੈਨੂੰ ਮਿਲ ਜਾਏਗੀ। ਦੋਨਾਂ ਨੂੰ ਮਲਟੀਪਲਾਈ ਕਰਾਂਗੇ ਆਪਾਂ ਨੂੰ ਵੈਲਿਊ ਮਿਲ ਜਾਏਗੀ, ਔਰ ਟੋਟਲ ਜਿਹੜਾ ਵੈਲਿਊ ਹੋ ਰਿਹਾ ਉਹ ਹੋ ਜਾਏਗਾ 50 + 140 + 30। ਸੋ ਇਹ ਟੋਟਲ ਵੈਲਿਊ ਜਿਹੜੀ ਹੈ ਮੈਂ ਪ੍ਰੋਡਿਊਸ ਕਰ ਸਕਦਾ ਯੂਜ਼ਿੰਗ ਗ੍ਰੀਡੀ ਐਲਗੋਰਿਦਮ। ਤੇ ਆਪਟੀਮਲ ਬੈਨੀਫਿਟ ਇੱਥੇ ਇਸ ਕੇਸ ਦੇ ਵਿੱਚ ਮੇਰਾ ਹੋ ਜਾਏਗਾ 220 ਦਾ। ਤੇ ਸੋਲੂਸ਼ਨ ਕੀ ਹੋਏਗਾ ਕਿ ਆਈਟਮ 1 ਪੂਰੀ ਐਡ ਕਰਨੀ ਹੈ, ਆਈਟਮ 2 ਪੂਰੀ ਐਡ ਕਰਨੀ ਹੈ, ਤੇ ਆਈਟਮ 3 ਜਿਹੜੀ ਹੈ ਉਹ
हाफ ऐड करना। सो दिस इज द ग्रीडी एल्गोरिदम। सो अपा वापस इतने आईए हूँ, ये है वेट विदाउट आइटम के, दैट इज टोटल वेट एंड प्रॉफिट। प्रॉफिट किवें निकलेगा कि जो एग्जिस्टिंग प्रॉफिट है प्लस जिन्ना भी आगा इन्हों दोनों मल्टीप्लाई करना है वेट बाय पी बाय डबल्यू। पी बाय डबल्यू की है मेरा जरा फ्रैक्शन मैं कटिया वो वाली वैल्यू है, उस वैल्यू का मल्टीप्लाई करना है जहाँ तक टोटल वेट के नाल करा। दो ही ऑप्शन ने अपने को, टोटल वेट से फिर जिन्ना मैं ऐड कर रहा फ्रैक्शन वह। ठीक है, दो केस बनते हैं, जहाँ तक पूरी की पूरी आइटम ऐड हो जाएगी जो फ्रैक्शन ऐड हो जाएगी। जो पूरी की पूरी आइटम ऐड होगी तो पूरे वेट कॉस्ट के नाल मल्टीप्लाई कर देंगे, जे फ्रैक्शन ऐड होया तो फ्रैक्शन नू कॉस्ट के नाल मल्टीप्लाई करना है। तो ये सारे का सम करके जो मैथमैटिकल फार्मूला इसके पिछे चल रहा है वो ये वाला है। एंड उस तो बाद अपना एल्गोरिदम से आ गई है। एल्गोरिदम के होएगा कि अपने को तीन आइटम्स ने जड़िया कि ऑलरेडी सॉर्टेड है, पर अपना एक्चुअल होएगा एक सॉर्टिंग एल्गोरिदम लगेगा। बहुत सारे सॉर्टिंग एल्गोरिदम है, सब तो पहला आप बी बाय डबल्यू कैलकुलेट करा हर आइटम की। बी बाय डबल्यू कैलकुलेट करने तो बाद आप आइटम सॉर्ट कर लेंगे यूजिंग सम सॉर्टिंग एल्गोरिदम, भावें बबल सॉर्ट ला लो, भावें क्विक सॉर्ट ला लो, भावें मल सॉर्ट, जो मर्जी है जो भी एल्गोरिदम तुम्हें आता है यू कैन यूज दैट एल्गोरिदम टू सॉर्ट द आइटम। एक बार आइटम सॉर्ट हो गया उस तो बाद अपना काम शुरू होगा, आप आइटम पहली आइटम चकनी है उन्होंने बैग के बच्चे पाना। तो स्टार्ट करा अपना दो वेरीएबल के नाल, पहला है करंट वेट और दूसरा है करंट बेनीफिट। दोनों ही स्टार्टिंग हो गए जीरो एंड जीरो। ओके, तो स्टार्टिंग बैग खाली है, वेट जीरो हो गया क्योंकि बैग खाली है, इस करके वो बेनीफिट जो है वह भी जीरो हो गया। तो सब तो पहला आप पहली आइटम चकना, कैन वी फिट द आइटम वन। आइटम वन का वेट है पांच और कॉस्ट हैगी है 50, तो आप देखा एग्जिस्टिंग वेट है जीरो, जीरो प्लस पांच नवा वेट हो गया पांच, मैक्सिमम कपैसिटी है 30, जो नवा वेट है वह 30 तो हले घट है। तो आप इन सिलेक्ट कर लेंगे, जो आप इन सिलेक्ट किया तो मेरा बेनीफिट कितना हो गया, एग्जिस्टिंग बेनीफिट है जीरो, नवा बेनीफिट आ गया मेरा 50 रुपए का, जीरो प्लस 50 जो करंट बेनीफिट हो गया वो हो गया 50। उस तो बाद कैन वी एड आइटम टू, तो नैक्सट आइटम आ गई। जो नैक्सट आइटम ऐड करांगे तो मेरा एग्जिस्टिंग वेट है 5, नवा वेट है 20, टोटल हो गया 25 एंड इट इज स्टिल लैस दैन 30। तो आप इस आइटम भी सिलेक्ट कर लेंगे, जो इस आइटम सिलेक्ट किया तो मेरा करंट बेनीफिट की हो गया, एग्जिस्टिंग बेनीफिट थी 50 का, 140 और एज होर ऐड हो गया, तो टोटल हो गया मेरा 190 का। उस तो बाद थर्ड आइटम आ गई, कैन वी ऐड द थर्ड आइटम अगेन। थर्ड आइटम जो आप ऐड करांगे तो मेरे को वेट हो जाता है 25 एग्जिस्टिंग है प्लस 10 35 हो गया, जो कि 30 तो वध गया। तो 30 तो वधन करके आप इस आइटम ऐड फुल ऐड नहीं कर सकते, आप फ्रैक्शन के ऐड कर सकते हैं। कि फ्रैक्शन ऐड कर सकते हैं वो किमें पता लगेगा, वो पता लगेगा मैक्सीम जो आप ऐड कर सकते हैं मैक्सीम कपैसिटी से जो करंट कपैसिटी है 30 माइनस 25, तो कि आप ऐड कर सकते हैं 30 माइनस 25 दैट इज 5, तो 5 वैल्यू आप ऐड कर सकते हैं। जो 5 नू ऐड करा तो अपना बेनीफिट कि होएगा, वो होएगा 190 एग्जिस्टिंग है। ठीक है, एग्जिस्टिंग अपना 190 है और नवा कि आ गया 5 किलो आप ऐड किया, एक किलो का 6 रुपए बनते हैं तो 5 किलो के किन्ने बने तो वह एड हो जाएंगे। ठीक है, तो वह अपना टोटल बेनीफिट बन गया 220 का। तो ये अपना सिंपल जहा एलगोरिदम है जोड़ा कि इस केस के वर्किंग है। ठीक, सो सिंपल एलगोरिदम आप एक एक करके पहला तो आइटम सॉर्ट करना है, पहला कंसैप्ट आइटम सॉर्ट करना वो जरूरी है। सॉर्ट किस हिसाब से करना है, कि वैल्यू के उपर करना है, वो हैगी है बी बाय डबल्यू। तो बी बाय डबल्यू की है कि आप वेट बाय वैल्यू बाय वेट है ना, बेनीफिट बाय वेट। आप बेनीफिट जी है अपनी वैल्यू है 50 बाय 5 उधर करा 140 बाय 20 उधर करा 60 बाय 10। तो इन्हों सारे वैल्यू बाय वेट डिवाइड करने तो बाद जो वैल्यू आती है उन्होंने वैल्यूज को अपना सॉर्ट कर लेना। सॉर्ट करने तो बाद जो फर्स्ट आइटम सैकेंड आइटम थर्ड आइटम, तो बाय डिफॉल्ट जी एग्जाम्पल ली है ये उसी ऑर्डर लिखे हुए हैं, इस करके अपना ऑर्डर चेंज नहीं होया, बट किसी होर केस के ऑर्डर चेंज भी हो सकता है। ओके, तो आप एज्यूम करके चलने कि अपन आइटम ऑलरेडी सॉर्टेड है। फिर अपना स्टैप है बड़े सिंपल जे स्टैप, जे मेरे को इतने 5 आइटम है तो मैं 1 बाय 1 एक एक आइटम चक्की जानी है, बैग के पाई जानी है। बैग च पाने तो बाद मैं करंट वेट भी अपडेट कर देना है, करंट वैल्यू भी अपडेट कर देनी है। पर करंट वेट अपडेट करांगे तो आप चेक करना है कि करंट वेट अपडेट करने तो बाद की अपनी कपैसिटी तो वध गया,
ਜੇ ਵੱਧ ਗਿਆ ਤਾਂ ਆਪਾਂ ਆਈਟਮ ਪੂਰੀ ਨਹੀਂ ਐਡ ਕਰਨੀ, ਫਿਰ ਆਪਾਂ ਉਹਦਾ ਫਰੈਕਸ਼ਨ ਐਡ ਕਰ। ਜੇ ਆਈਟਮ ਪੂਰੀ ਐਡ ਹੋ ਰਹੀ ਹੈ ਤਾਂ ਉਹਦਾ ਵੈਲਿਊ ਵੀ ਪੂਰੀ ਐਡ ਹੋ ਰਹੀ ਹੈ, ਜੇ ਫਰੈਕਸ਼ਨ ਐਡ ਹੋ ਰਿਹਾ ਤਾਂ ਵੈਲਿਊ ਦਾ ਵੀ ਕੁਝ ਫਰੈਕਸ਼ਨ ਹੀ ਐਡ ਹੋਏਗਾ, ਸਾਰਾ ਸਾਰਾ ਫਰੈਕਸ਼ਨ ਨਹੀਂ ਹੋਏਗਾ, ਕੁਝ ਫਰੈਕਸ਼ਨ ਪਾਰਟ ਜਿਹੜਾ ਹੈ ਉਹਦਾ ਐਡ ਹੋਏਗਾ। ਠੀਕ ਹੈ, ਸੋ ਜਿਹਦੀ ਟਾਈਮ ਕੰਪਲੈਕਸਿਟੀ ਦੀ ਗੱਲ ਕਰੀਏ ਤਾਂ ਮੇਨ ਟਾਈਮ ਟੇਕਿੰਗ ਕਨਸੈਪਟ ਜਿਹੜਾ ਸਟੈਪ ਜਿਹੜਾ ਇਹਦੇ ਵਿੱਚ ਹੈਗਾ, ਦੈਟ ਇਜ਼ ਅਬਾਊਟ ਸੋਰਟਿੰਗ ਆਫ ਐਨ ਆਈਟਮ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਸੋਰਟ ਕਰਨਾ ਹੈ। ਸੋਰਟਿੰਗ ਵਾਸਤੇ ਆਪਾਂ ਨੂੰ ਪਤਾ ਕਿ ਬੈਸਟ ਪੋਸੀਬਲ ਵੇ ਜਿਹੜਾ ਹੈ ਆਪਣਾ ਹੈ ਦੈਟ ਇਜ਼ ਐਨ ਲੋਗ ਐਨ। ਸੋ ਐਨ ਲੋਗ ਐਨ ਇਜ਼ ਦ ਬੈਸਟ ਪੋਸੀਬਲ ਟਾਈਮ ਫਾਰ ਸੋਰਟਿੰਗ। ਉਸ ਤੋਂ ਬਾਅਦ ਜੇ ਸੋਰਟ ਹੈਗੀਆਂ ਨੇ ਤਾਂ ਆਪਣੇ ਕੋਲ ਕਿਉਂਕਿ ਇੱਕੋ ਹੀ ਲੂਪ ਹੈ, ਆਪਾਂ ਇੱਕ ਇੱਕ ਕਰਕੇ ਸਾਰੀਆਂ ਆਈਟਮ ਚੈੱਕ ਕਰਨੀਆਂ ਨੇ, ਇੱਕ ਲੂਪ ਹੈ, ਵਰਸਟ ਕੇਸ ਕੀ ਹੋਏਗਾ ਕਿ ਲੂਪ ਜਿਹੜੀ ਹੈ ਐਨ ਆਈਟਮ ਹੋਣਗੀਆਂ ਤਾਂ ਐਨ ਵਾਰੀ ਘੁੰਮੇਗੀ, ਹੈ ਨਾ। ਸੋ ਆਪਣੇ ਜਿਹੜੀ ਹੈ ਇੱਕ ਲੂਪ ਹੋਣ ਕਰਕੇ ਇੱਥੇ ਹੋ ਗਈ ਆਪਣੀ ਆਫ ਦੀ ਆਰਡਰ ਆਫ ਐਨ। ਠੀਕ ਹੈ, ਸੋ ਟੋਟਲ ਜਿਹੜਾ ਟਾਈਮ ਟੇਕਨ ਹੋਏਗਾ ਦੈਟ ਇਜ਼ ਐਨ ਪਲੱਸ ਐਨ ਲੋਗ ਐਨ, ਜਿਹੜਾ ਕਿ ਇਕੁਅਲ ਹੋਏਗਾ ਐਨ ਲੋਗ ਐਨ। ਠੀਕ ਹੈ, ਐਨ ਪਲੱਸ ਐਨ ਲੋਗ ਐਨ ਜਿਹੜਾ ਕਿ ਬਣ ਗਿਆ 2n ਪਲੱਸ 2n ਲੋਗ ਐਨ, ਉਹਦੇ ਚ ਕਾਂਸਟੈਂਟ ਕਾਂਸਟੈਂਟ ਆਪਾਂ ਛੱਡ ਦੇਣੇ ਨੇ, ਤੇ ਆਪਣੇ ਕੋਲ ਫਾਈਨਲੀ ਬਚੇਗਾ ਐਨ ਲੋਗ। ਸੋ ਇਸ ਐਲਗੋਰਿਦਮ ਦੀ ਜੋ ਕੰਪਲੈਕਸਿਟੀ ਹੈ ਉਹ ਸੇਮ ਹੈ ਜੋ ਸੋਰਟਿੰਗ ਦੀ ਹੈ। ਸੋ ਜਿੰਨਾ ਟਾਈਮ ਸੋਰਟਿੰਗ ਤੇ ਲੱਗਣਾ ਉਹੀ ਲੱਗਣਾ ਆ, ਬਾਕੀ ਦੇ ਉੱਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਣਾ ਪੈਣ ਦਾ ਭਾਵ। ਤਾਂ ਆਪਣਾ ਜਿਹੜਾ ਫ੍ਰੈਕਸ਼ਨਲ ਨੈਪਸੈਕ ਜਿਹੜਾ ਕਿ ਗ੍ਰੀਡੀ ਐਲਗੋਰਿਦਮ ਦੇ ਨਾਲ ਸੋਲਵ ਹੋ ਰਿਹਾ, ਉਹਦੀ ਜਿਹੜੀ ਟਾਈਮ ਕੰਪਲੈਕਸਿਟੀ ਹੈ ਉਹ ਹੈ ਐਨ ਲੋਗ ਐਨ। ਸੋ ਦੈਟਸ ਆਲ ਅਬਾਊਟ ਦਿਸ ਟੋਪਿਕ। ਕੋਈ ਡਾਊਟ ਕਿਸੇ ਨੂੰ ਕੁਝ ਪੁੱਛਣਾ ਹੋਵੇ, ਕੋਈ ਚੀਜ਼ ਸਮਝ ਨਾ ਲੱਗੀ ਹੋਵੇ, ਦੁਬਾਰਾ ਸਮਝਣਾ ਚਾਹੁੰਦੇ ਹੋਵੋ। ਨੋ ਸਰ।